10 ਵਚਨ ਨੂੰ ਸੂਰ ਸਿੰਘ ਵਾਲਾ ਦੇ ਕਬੱਡੀ ਕੱਪ ਦੇ ਹੈ 10 ਤਰੀਕ ਆ ਕਬੱਡੀ ਓਪਨ ਦੇ ਵਿੱਚ 31,000 ਤੇ 21,000 ਨਾਮ ਹੈ ਸੂਰ ਸਿੰਘ ਵਾਲੇ ਦੀ ਹੈ 10 ਤਰੀਕ ਦੀ ਕਬੱਡੀ ਕੱਪ ਦੀ ਹਾਂ ਬਈ ਇਹਨਾਂ ਨੂੰ ਲੈਬ ਕਰਾ ਦਿਓ ਅਸੀਂ ਜਾਂਚ ਕਰਾਉਣੀ ਆ ਹੈਲੋ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਜੀਵ ਸਾਹਿਬ ਉਹ ਵੀ ਸਿੰਘ ਸਾਡੇ ਜਸ ਜੀ ਦੱਸ ਰਹੇ ਨੇ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨੇ ਅਰਨਾਲ ਨੇ ਪੂਰੇ ਪਿੰਡ ਵਾਸੀ ਗ੍ਰਾਮ ਪੰਚਾਇਤ ਭਗਤ ਬਾਬਾ ਧੋਨੀ ਚੰਦ ਸਪੋਰਟਸ ਕਲੱਬ ਬਾਬਾ ਜੀ ਦੀ ਕਮੇਟੀ ਹੈ ਇਹਨਾਂ ਟੀਮਾਂ ਦੇ ਨਾਲ ਪਿਆਰ ਸਾਂਝਾ ਕਰਦੇ ਹੋਏ ਹੋਰ ਵੀ ਇਸ ਜਨਰਲ ਮੈਨੇਜਰ ਸਾਡੇ IR ਸਾਹਿਬ ਜੀ ਵਿਸ਼ੇਸ਼ ਤੌਰ ਤੇ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਜਨਰਲ ਮੈਨੇਜਰ ਆਰਬੀ ਜੈਨ ਮੇਜਰ ਸਾਹਿਬ BK ਸ਼ਰਮਾ ਜੀ ਇੱਥੇ ਪਹੁੰਚਿਆ ਅਸੀਂ ਉਹਨਾਂ ਨੂੰ ਪਿੰਡ ਪਹੁੰਚਣ ਦੇ ਸਟੇਡੀਅਮ ਆਉਂਦੇ ਜੀ ਆਇਆਂ ਕਹਿੰਦੇ ਹਾਂ ਓਰੀਐਂਟਲ ਬੈਂਕ ਆਫ ਕਾਮਰਸ ਵੱਲੋਂ ਇਹ ਸਾਡੇ ਦੋ ਜੋ ਮੈਨੇਜਰ ਸਾਹਿਬ ਇੱਥੇ ਪਹੁੰਚੇ ਆ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਆ ਜੀ ਆ ਜਾਓ ਜੀ ਸਾਰੇ ਖਿਡਾਰੀ ਅਗਲੇ ਪਾਸੇ ਆ ਕੇ ਰੁਕ ਜਾਣ ਜੁਰਾ ਸਿੰਘ ਨੇ ਚਰਨਾ ਪਾਇਆ ਕਿ ਸਾਡੇ ਬੜੇ ਸਤਿਕਾਰਯੋਗ ਨੇ ਸਰ ਬਰਾੜ ਸਾਹਿਬ ਬਲਦੇਵ ਸਿੰਘ ਜੀ ਦੱਸ ਰਹੇ ਨੇ ਸਰਦਾਰ ਸੁਖਦੇਵ ਸਿੰਘ ਜੀ ਗਿੱਲ ਸਾਹਿਬ ਸਰਦਾਰ ਸੁਰਜੀਤ ਸਿੰਘ ਜੀ ਸਰਪੰਚ ਸਾਹਿਬ ਸਾਡੇ ਆਏ ਹੋਏ ਸਤਿਕਾਰਯੋਗ ਵੀਰਾਂ ਦਾ ਵੈਲਕਮ ਕਰ ਰਹੇ ਨੇ ਜਿਨ੍ਹਾਂ ਨੇ ਸਾਰੇ ਰੁਝੇਵੇ ਰੱਦ ਕੀਤੇ ਅੱਜ ਉਹ ਸ਼੍ਰੋਮਣੀ ਭਗਤ ਬਾਬਾ ਧੋਨੀ ਚੰਦ ਦੀ ਧਰਤੀ ਤੇ ਪੁੱਜ ਕੇ ਇਹ ਵੀ ਮਾਣ ਮਹਿਸੂਸ ਕਰ ਰਹੇ ਨੇ ਕਿ ਮਹਾਂਪੁਰਸ਼ਾਂ ਦੀ ਧਰਤੀ ਹੈ ਇੱਥੇ ਜੋ ਵੀ ਆ ਜਾਂਦਾ ਸੱਚੇ ਦਿਲ ਦੇ ਨਾਲ ਤੇ ਪੂਰੀ ਦੁਨੀਆਂ ਦੇ ਵਿੱਚ ਬੱਲੇ ਬੱਲੇ ਹੈ ਸੋ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨਾਲ ਬਰਾੜ ਸਾਹਿਬ ਜੀ ਵੀ ਕੋਈ ਚਰਨਾ ਪਾਉਣਗੇ ਇਹਨਾਂ ਦੇ ਬਾਰੇ ਸਾਡੇ ਇਸਦਾ ਦਲੇਰ ਸਿੰਘ ਜੀ ਬਰਾੜ ਸਾਹਿਬ ਨਾਲ ਸਾਡੇ ਗੁਰਚਰਨ ਬਰਾੜ ਜੀ ਥੈਂਕ ਯੂ ਭਾਜੀ ਧੰਨਵਾਦ ਹੈਲੋ ਅੱਜ ਸਾਨੂੰ ਸਮੁੱਚਾ ਗ੍ਰਾਮ ਪੰਚਾਇਤ ਮਹੀਆਂ ਵਾਲਾ ਸਪੋਰਟਸ ਕਲੱਬ ਭਗਤ ਬਾਬਾ ਦੁਨੀ ਸਮਾਧੀ ਕਮੇਟੀ ਗ੍ਰਾਮ ਪੰਚਾਇਤ ਸਾਡਾ ਬੜੇ ਮਾਣ ਆ ਸਿਰ ਉੱਚਾ ਹੋ ਗਿਆ ਕਿ ਸਾਡੇ ਕੋਲ ਅੱਜ ਜਨਰਲ ਮੈਨੇਜਰ VR ਨਾਇਰ ਡਿਪਟੀ ਜਨਰਲ ਮੈਨੇਜਰ RB ਜੈਨ ਅਤੇ ਸਾਡੇ ਮੈਨੇਜਰ ਮਹੀਆਂ ਵਾਲਾ ਬੈਂਕ DK ਸ਼ਰਮਾ ਫੀਲਡ ਅਫਸਰ ਜਤਿੰਦਰ ਵਰਮਾ ਜੋ ਸਾਡੇ ਬਿਆਨ ਪਹੁੰਚਿਆ ਅਸੀਂ ਇਹਨਾਂ ਦਾ ਜੀ ਆਇਆ ਇਹਨਾਂ ਨੂੰ ਕਹਿੰਦੇ ਹਾਂ ਧੰਨਵਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਬਹੁਤ ਕੀਮਤੀ ਪਲਾਂ 'ਚੋਂ ਟਾਈਮ ਕੱਢ ਕੇ ਸਾਡੇ ਕੋਲ ਪਹੁੰਚਿਆ
ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਬੈਂਕ ਆ ਓਬੀਸੀ ਇਹਦਾ ਥੋੜੇ ਸਮੇਂ ਵਿੱਚ ਹੀ ਬਹੁਤ ਵੱਡਾ ਯੋਗਦਾਨ ਇਹਨੇ ਪਾਇਆ ਹੈ। ਉਹ ਸਾਰੇ ਇੰਡੀਆ ਦੀਆਂ ਬੈਂਕਾਂ ਦੇ ਵਿੱਚੋਂ ਪਹਿਲੇ ਨੰਬਰ 'ਤੇ ਆਈ ਆ। ਅਤੇ ਇਹ ਜਿਹੜੀ ਹੈ ਇਹ ਵੱਖਰੀ ਬ੍ਰਾਂਚ ਆ, ਮਹੀਆਂ ਵਾਲਾ ਕਲਾਂ ਜੀਰਾ ਬ੍ਰਾਂਚ ਵੱਖਰੀ ਆ, ਓਬੀਸੀ ਜੀਰਾ ਹੈ, ਜੀਰਾ ਇਹ ਓਬੀਸੀ ਮਹੀਆਂ ਵਾਲਾ, ਇਹਦੀਆਂ ਪਾਵਰਾਂ ਜੀਰੇ ਦੇ ਬਰਾਬਰ ਆ, ਇਹ ਜੀਰੇ ਦੇ ਅੰਡਰ ਨਹੀਂ ਗੀ, ਇਹ ਖੁਦ ਇੰਡੀਪੈਂਡੈਂਟ ਬ੍ਰਾਂਚ ਆ ਮਹੀਆਂ ਵਾਲਾ। ਦਰਸ਼ਕ ਵੀਰੋ ਇੱਥੇ ਜਿਹੜਾ ਕਰਾਪ ਲੋਨ ਤੁਹਾਨੂੰ ਮਿਲਦਾ ਬਹੁਤ ਵਧੀਆ ਢੰਗ ਨਾਲ ਮਿਲਦਾ, ਇੱਥੋਂ ਦੇ ਮੈਨੇਜਰ ਸਾਹਿਬ ਡੀ ਕੇ ਸ਼ਰਮਾ ਜੀ, ਜਤਿੰਦਰ ਵਰਮਾ ਜੀ ਬਹੁਤ ਵਧੀਆ ਨੇਕ ਨੀਤੀ ਨਾਲ ਚੱਲ ਰਹੇ ਆ। ਇੰਨੇ ਚਿਰ ਦੇ ਵਿੱਚ ਇਹ ਮਤਲਬ ਇੱਥੋਂ ਤੱਕਰ ਕਾਮਯਾਬੀ ਬੈਂਕ ਵੱਡ ਗਈ ਆ। ਜਦੋਂ ਪੁਰਾਣੇ ਬੰਦੇ ਜਾਂਦੇ ਸੀ ਤੇ ਘਰਦਿਆਂ ਨੂੰ ਕਹਿੰਦੇ ਸੀ ਰੋਟੀਆਂ ਭਾਈ ਪਕਾ ਦਿਓ ਮੈਂ ਬੈਂਕ ਜਾਣਾ, ਤੇ ਦੋ ਦੋ ਘੰਟੇ ਉੱਥੇ ਖੜੇ ਰਹਿੰਦੇ, ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸੀ। ਇਹ ਹੁਣ ਜਦੋਂ ਤੁਸੀਂ ਜਾਂਦੇ ਆ ਆਰਾਮ ਨਾਲ ਉੱਥੇ ਬੈਠ ਜਾਂਦੇ ਆ, ਉਹਨਾਂ ਦਾ ਸਾਰਾ ਕਾਰੋਬਾਰ ਸਾਰੇ ਕਾਗਜ਼ ਪੱਤਰ ਆਪ ਭਰ ਕੇ ਦਿੰਦੇ ਆ, ਤੇ ਸਿਰਫ ਵੱਧ ਤੋਂ ਵੱਧ 2-4 ਜਾਂ 5 ਮਿੰਟ ਦਾ ਟਾਈਮ ਲੱਗਦਾ, ਤੁਸੀਂ ਪੈਸੇ ਲੈ ਕੇ ਆਪਦੇ ਘਰ ਆ ਜਾਏ, ਤੁਹਾਡੇ ਪੈਸੇ ਵੀ ਸੇਫ ਹੁੰਦੇ ਆ, ਤੁਹਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਂਦੀ। ਅਸੀਂ ਇੱਥੇ ਇਹਨਾਂ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਜਦੋਂ ਬੈਂਕ ਖੁੱਲ੍ਹਿਆ ਇਹਨਾਂ ਦਾ ਕੈਂਪ ਲੱਗ ਸੀ FIP, ਉਹਦੇ ਵਿੱਚ SK ਢਾਲ ਸਾਹਿਬ ਇੱਥੇ ਆਏ ਸੀ। ਜਦੋਂ ਇੱਥੇ ਪਹੁੰਚੇ ਤਾਂ ਅਸੀਂ ਉਹਨਾਂ ਨੂੰ ਆਖਿਆ ਸੀ ਕਿ ਜੇਕਰ ਤੁਸੀਂ ਸਾਡੇ ਇੱਥੇ ਬੈਂਕ ਖੋਲ੍ਹ ਦਿਓ ਤਾਂ ਅਸੀਂ ਮੁਫ਼ਤ ਜਗ੍ਹਾ ਦੇਣ ਨੂੰ ਤਿਆਰ ਹਾਂ। ਉਹਨਾਂ ਨੇ ਸਾਡੀ ਬੇਨਤੀ ਮੰਨ ਲਈ, ਭਗਤ ਬਾਬਾ ਦੁਨੀ ਚੰਦ ਦੀ ਜਗ੍ਹਾ ਵਿੱਚ ਇਹਨਾਂ ਦੀ ਬਹੁਤ ਸ਼ਾਨਦਾਰ ਬਿਲਡਿੰਗ ਬਣੀ ਆ, ਅਤੇ ਉੱਥੇ ਉੱਥੋਂ ਤੱਕ ਕਿ ਅਸੀਂ ਉੱਥੇ ਸਟਰਾਂਗ ਰੂਮ ਵਗੈਰਾ ਬਣਾਇਆ, ਲਾਕਰ ਵੀ ਬਣਾਇਆ, ਬਹੁਤ ਵਧੀਆ ਢੰਗ ਨਾਲ ਚੱਲ ਰਹੀ ਆ। ਉਹਨਾਂ ਸਾਡੀ ਬੇਨਤੀ ਮੰਨ ਲਈ ਅਤੇ ਸਾਨੂੰ ਉਹਨੇ ਕਹਿਤਾ ਕਿ ਤੁਸੀਂ ਮਤਾ ਪਾ ਕੇ ਦਿਓ, ਮੈਂ ਖੋਲ੍ਹਦਾ। ਸੋ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਇਹਨੇ ਵੀ ਸਾਨੂੰ ਪ੍ਰਾਇਮਰੀ ਸਕੂਲ ਵਾਸਤੇ ਇਹਨਾਂ ਦੇ ਆਉਣ 'ਤੇ RO ਸਿਸਟਮ 3 ਪੱਖੇ 11,000 ਰੁਪਇਆ ਸਾਡੀ ਸਪੋਰਟ ਕਲੱਬ ਨੂੰ ਸਹਾਇਕ ਰਾਸ਼ੀ ਦਿੱਤੀ ਆ। ਸੋ ਅਸੀਂ ਸਾਰੇ ਕਲੱਬ ਵਾਸੀ, ਨਗਰ ਵਾਸੀ, ਲੱਕਣ ਵਾਸੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਹਨਾਂ ਕਹਿੰਦੇ ਆ ਜਿਨ੍ਹਾਂ ਨੇ ਇੰਨਾ ਸਮਾਂ ਕੱਢ ਕੇ ਸਾਡੇ ਇੱਥੇ ਦਰਸ਼ਨ ਦਿੱਤੇ ਆ, ਧੰਨਵਾਦ। ਹਾਂ, ਸ਼ਿੰਦਰਪਾਲ ਸਿੰਘ ਜੌਲ ਸਰਪੰਚ, ਮੇਰਾ ਵੀਰ ਜੇ ਵੀ ਹੋਵੇ ਆਵਾਜ਼ ਸੁਣਦੇ ਆ ਸਾਡੇ ਕੋਲ ਆ ਜਾਵੇ, ਇੱਥੇ ਆ ਕੇ ਕੁਰਸੀਆਂ 'ਤੇ ਬੈਠੇ, ਮੈਨੂੰ ਪਤਾ ਕਿ ਉਹ ਇੱਥੇ ਆਇਆ ਅਤੇ ਉਹ ਆ ਕੇ ਸਾਨੂੰ ਮਿਲੇ। ਲਓ ਮੈਦਾਨ ਦੇ ਵਿੱਚ ਜਿਹੜਾ ਮੈਚ, ਇੱਕ ਪਾਸੇ ਭਦੌੜ ਦੀ ਮੈਂ ਆਪਣੇ ਪਿੰਡ ਵਾਲੀ ਸਾਈਡ ਹੈ ਭਦੌੜ ਦੀ ਟੀਮ, ਔਰ ਦੂਜੇ ਪਾਸੇ ਵੀ ਉਸਾਦਾ ਵਾਲਾ ਪਿੰਡ ਹੈ। ਲਓ ਸਾਹਮਣੇ ਮੈਦਾਨ ਦੇ ਵਿੱਚ ਇਸੇ ਲਈ ਹੋਈ ਕਬੱਡੀ ਤਾਰ ਕਹਿੰਦੇ ਇਸ ਨੌਜਵਾਨ ਨੂੰ, ਔਰ ਵੇਖਦਾ ਵੀ ਪੁਆਇੰਟ ਜਿਹੜਾ ਸਾਧਾ ਵਾਲੇ ਦੀ ਟੀਮ ਦੇ ਲਈ ਜੁੜਦਾ ਹੋਇਆ। ਹਾਂ ਬਈ, ਗੁਰਸੇਵਕ ਸਿੰਘ ਸੇਵੀ ਉਹ ਸਾਨੂੰ ਇੱਥੇ ਮਿਲੇ, ਪੂਰੇ ਸ਼ਹਿਰ ਨੂੰ ਉਹਦੇ ਕੋਲ ਚਾਬੀ ਆ। ਸੇਵਕ ਸਿੰਘ ਸੇਵੀ ਚਾਬੀ ਤੇਰੇ ਕੋਲ ਨਹੀਂ, ਅਗਲੇ ਮੈਚਾਂ ਦੀਆਂ ਟਾਈਆਂ ਕੱਢ ਦਿਓ ਜੀ। ਪ੍ਰਬੰਧਕ ਵੀਰ ਦੇ ਲਈ ਬੇਨਤੀ ਹੈ, ਪ੍ਰਬੰਧਕ ਵੀਰਾਂ ਦੇ ਲਈ ਬੇਨਤੀ ਹੈ ਵੀ ਅਗਲੀਆਂ ਟਾਈਆਂ ਜ਼ਰੂਰ ਕੱਢ ਦਿਓ ਮੇਰਾ ਵੀਰ, ਤਾਂ ਜੋ ਅਗਲੇ ਮੈਚ ਜਿਹੜੇ ਆਪਣਾ ਅਨਾਊਂਸ ਕਰ ਸਕੀਏ। ਲਓ ਮੈਦਾਨ ਦੇ ਵਿੱਚ ਵੇਖਦੇ ਵੀ ਹਿੰਮਤਪੁਰੀ ਆ ਦੀਪ ਹਰਜੀਤ ਤਲਵਾਰ ਕਲੱਬ ਜਗਰਾਉਂ ਦੀ ਟੀਮ ਦੇ ਲਈ ਖੇਡਿਆ ਪੰਜਾਬ ਦੇ ਕਬੱਡੀ ਕੱਪ, ਆਹ ਨੌਜਵਾਨ ਦੀਪ ਇਸ ਵੇਲੇ ਸਾਧਾ ਵਾਲਾ ਪਿੰਡ ਨੌਜਵਾਨ ਦਾ ਇਸ ਵੇਲੇ ਕਬੱਡੀ ਪਾਉਣ ਦੇ ਵਾਧਾ ਹੋਇਆ। ਓਪਨ ਦੀਆਂ ਟੀਮਾਂ ਵੀ ਆਪਣੀ ਆਪਣੀ ਐਂਟਰੀ ਕਰਵਾ ਰਹੇ ਨੇ, ਅਸੀਂ ਟਾਈਆਂ ਕੱਢਣ ਜਾ ਰਹੇ ਹਾਂ। ਔਰ ਅਗਲਾ ਮੈਚ ਜਿਹੜਾ ਹੋਣਾ ਕੜਿਆਲ ਤੇ ਦੀਵਾਨੇ, ਕੜਿਆਲ ਤੇ ਦੀਵਾਨੇ, ਜਨੇਰ ਤੇ ਮੁਦਕੀ, ਸ਼ੂਸ਼ਕ ਜਿਹੜੀ ਇਹਨਾਂ ਵਿੱਚੋਂ ਜਿੱਤੂਗੀ ਟੀਮ, ਸ਼ੂਸ਼ਕ ਦੀ ਟੀਮ ਜਿਹੜੀ ਉਹਦੇ ਨਾਲ ਖੇਡੂਗੀ।
ਲਓ ਮੈਦਾਨ ਦੇ ਵਿੱਚ ਵੀਰੋ ਕੇਂਦਰੀ ਦੀ ਪਈ ਹੋਈ ਕਬੱਡੀ ਤੇ ਪੁਆਇੰਟ ਜਾ ਭੱਦੜ ਦੀ ਟੀਮ ਦੇ ਲਈ ਜੁੜਦਾ ਆ ਅੱਜ ਕਬੱਡੀ ਖੇਡ ਮੈਦਾਨ ਵਿੱਚ ਮੇਰੇ ਵੀਰੋ ਤਾਰ ਸਾਧਾਂ ਵਾਲੀਆਂ ਨੌਜਵਾਨ ਪਾਉਣ ਦੇ ਲਈ ਵਾਧਾ ਹੋਇਆ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਿ ਮੋਟੇ ਪੱਟਾਂ ਵਿੱਚ ਮਾਣ ਹੋਵੇ ਹਿੱਕ ਵਿੱਚ ਦਾਮ ਹੋਵੇ ਜਿੱਤ ਦਾ ਨਾ ਮਾਣ ਹੋਵੇ ਹਾਰਾਂ ਨਾ ਗਮ ਹੋਵੇ ਮਕਸਦ ਹੋਵੇ ਕੁਝ ਕਰਕੇ ਵਿਖਾਉਣ ਦਾ ਇੱਕ ਦਿਨ ਚਾਹੇ ਪੂਰੇ ਕਰ ਦਿੰਦੀ ਹੈ ਨਿਤਨੇਮ ਵਾਂਗੂ ਜਿਹੜੇ ਗੇਮ ਪੁੱਜਦੇ ਉਹਨਾਂ ਨੂੰ ਜੋਧਿਆਂ ਕਬੱਡੀ ਵਰ ਦਿੰਦੀ ਹੈ ਪਈ ਹੋਈ ਕਬੱਡੀ ਉਸਲੇ ਤਾਰ ਦੀ ਔਰ ਦੂਜੇ ਪਾਸੇ ਦੇਖਦਾ ਵੀ ਨੌਜਵਾਨ ਇਸ ਸਮੇਂ ਪੂਰੀ ਕੋਸ਼ਿਸ਼ ਕਰਦਾ ਰੁਕ ਕਹਿੰਦੇ ਇਸ ਨੌਜਵਾਨ ਨੂੰ ਮੇਰੇ ਵੀਰੋ ਪਈ ਹੋਈ ਕਬੱਡੀ ਤੇ ਪੁੰਜੜਾ ਤਰ ਇੱਕ ਪਾਸੇ ਨੌਜਵਾਨ ਹੈ ਔਰ ਵੇਖਦਾ ਵੀ ਫੰਡ ਸਾਧਾਂ ਵਾਲੀ ਟੀਮ ਲਈ ਜੁੜਦਾ ਹੈ ਸਿਵਕ ਸੱਦਾ ਸਿੰਘ ਵਾਲੇ ਦੀ ਧਰਤੀ ਦਾ ਕਿੱਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਮੈਦਾਨ ਦੇ ਵਿੱਚ ਵਧਦਾ ਹੋਇਆ ਪਾਈ ਹੋਈ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਜਿੰਦਾ ਹੈ ਔਰ ਦੂਜੇ ਪਾਸੇ ਵੇਖਦਾ ਵੀ ਨੌਜਵਾਨ ਗੱਭਰੂ ਕਹਿੰਦੇ ਵੀ ਲੱਖੀ ਹੈ ਔਰ ਸਾਹਮਣੇ ਵੇਖਦੇ ਵੀ ਜਿੰਦੇ ਦੇ ਨਾਲ ਮੁਕਾਬਲਾ ਦੇ ਬਣ ਜਿਹੜਾ ਸੇਵਕ ਸੱਦਾ ਸਿੰਘ ਵਾਲੀ ਟੀਮ ਦਾ ਆਪਣੀ ਟੀਮ ਦੇ ਲਈ ਲੱਖਾਂ ਬਣ ਜੋੜਦਾ ਹੈ ਕਿ ਪਾ ਲੈਂਦੇ ਮੰਜ਼ਲਾਂ ਜੋ ਰਹਿਣ ਤੁਰਦੇ ਹੌਲੀ ਹੌਲੀ ਆਪੇ ਦਾ ਪੇਚ ਫੁਰਦੇ ਹੋਵੇ ਜੇ ਜਾਨੀ ਸਾਂਭੀ ਸਿੱਕੇ ਬਗੀ ਇੱਕ ਦਿਨ ਚਾਹੇ ਪੂਰੇ ਕਰ ਦਿੰਦੀ ਹੈ ਲੁੱਕ ਦਾ ਪਿਆਰ ਹੁੰਦਾ ਨਾਲ ਦੇ ਉਹਨਾਂ ਜੋਧਿਆ ਕਬੱਡੀ ਵਰਦੀ ਹੈ ਪਈ ਹੋਈ ਕਬੱਡੀ ਤੇ ਲਓ ਸਾਹਮਣੇ ਰੁਕੀ ਫਿਰ ਮੈਦਾਨ ਦੇ ਵਿੱਚ ਮੇਰੀ ਵੀਰ ਕੇ ਘੱਟ ਪੈਂਦੇ ਆਸਮਾਨ ਵਿੱਚ ਬਹੁਤਾ ਜੁੜਦੇ ਨਾ ਉਮਰ ਵਕਤ ਦੇ ਪਾਣੀ ਕਦੇ ਪਛਾਣ ਮੁੜਦੇ ਨਾ ਉਮਰ ਵਕਤ ਦੇ ਪਾਣੀ ਕਦੇ ਪਛਾਣ ਮੁੜਦੇ ਨਾ ਦੀਪ ਲੱਖਾਂ ਜਾਂ ਪਿੰਡ ਜੋੜਦਾ ਆਪਣੀ ਟੀਮ ਦੀ ਅਗਲੀ ਕਬੱਡੀ ਮੇਰੀ ਵੀਰੋ ਕੇਂਦਰੀ ਵਧਾਉਣ ਦੀ ਧਰਤੀ ਦਾ ਪਾਉਣ ਦੇ ਲਈ ਵਾਧਾ ਹੋਇਆ ਲਓ ਸਾਹਮਣੇ ਜਿੰਦਾ ਸਾਧਾਂ ਵਾਲੀ ਆ ਮੇਰੀ ਵੀਰੋ ਸੇਲੇ ਮਾਨ ਦੇ ਵਿੱਚ ਕਰਦਾ ਹੋਇਆ ਕੁਛ ਤੇ ਪੁਆਇੰਟ ਜਿਹੜਾ ਕੇਂਦਰੀ ਪਦੌੜ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਰਾਜਵਿੰਦਰ ਮੇਰੀ ਵੀਰੋ ਇਸ ਵੇਲੇ ਟੇਕ ਧਰਤੀ ਮਾਂ ਨੂੰ ਮੱਥਾ ਪਾਉਣ ਦੇ ਲਈ ਵਧਾ ਹੋਇਆ ਕਿ ਬੇਫਿਕਰਾਂ ਨੂੰ ਫਾਕੇ ਦਾ ਫਿਕਰ ਕਾਹਦਾ ਫਿਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ ਦੁਨੀਆਂ ਵਾਲੇ ਉਹ ਫਕਰ ਅਜੀ ਹੁੰਦੇ ਕਹਿ ਕੇ ਕੱਖ ਜਾਂਦੇ ਦੇ ਕੇ ਲੱਖ ਜਾਂਦੇ ਦੁਨੀਆਂ ਵਾਲੇ ਉਹ ਫਕਰ ਅਜੀ ਹੁੰਦੇ ਪਈ ਹੋਈ ਕਬੱਡੀ ਤੇ ਖੇਡ ਮੈਦਾਨ ਵਿੱਚ ਸਾਹਮਣੇ ਇੱਕਦਮ ਵੀ ਨੌਜਵਾਨ ਪੂਰੀ ਕੋਸ਼ਿਸ਼ ਕਰਦੇ ਪਰ ਬੂਟਾ ਮਨਸੂਰ ਵਾਲੀ ਆ ਫੜਨ ਦਾ ਵਾਧਾ ਜਿਹੜਾ ਮੇਰੀ ਸੱਲੇ ਸਾਧ ਵਾਲੇ ਦੀ ਟੀਮ ਦੇ ਲਈ ਜੁੜਦਾ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸੇਵਕ ਸੱਦਾ ਸਿੰਘ ਵਾਲੇ ਦੀ ਧਰਤੀ ਦਾ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਔਰ ਕਹਿੰਦੇ ਵੀ ਆਰੀ ਉਹ ਕਿਹੜੇ ਖੇਡ ਮਿੱਤਰੋ ਜਿਹੜੀ ਖੇਡਾਂ ਚੋਂ ਖੇਡ ਨਾਰੀ ਉਸ ਨੂੰ ਕੱਢੀ ਆਖਦੇ ਜਿਹੜੀ ਲੱਗ ਜਾਣ ਤੋਂ ਪਿਆਰੀ ਖੇਡਾਂ ਭਾਵੇਂ ਹੋਰ ਬਣੀਆਂ ਪਰ ਸਾਡੀ ਵੱਡੀ ਦੀ ਸਰਦਾਰੀ ਖੇਡਾਂ ਭਾਵੇਂ ਹੋਰ ਬਣੀਆਂ ਸੇਵਕ ਸੱਦਾ ਸਿੰਘ ਵਾਲੇ ਦੀ ਧਰਤੀ ਦਾ ਕਹਿੰਦੇ ਵੀ ਭਦੌੜ ਦੀ ਟੀਮ ਦੇ ਲਈ ਲੱਖਾਂ ਜਾਂ ਪੁਆਇੰਟ ਜੋੜਾ ਹੋਇਆ ਅਗਲੀ ਵੱਡੀ ਖੇਡ ਮੈਦਾਨ ਦੇ ਮੇਰੇ ਵੀਰੋ ਦੀਪ ਇੱਕ ਹਿੰਪੁਰੀਆ ਇੱਕ ਨੌਜਵਾਨ ਗੱਭਰੂ ਇਸ ਵੇਲੇ ਦੀਪ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜਿੰਨੇ ਵੀ NRI ਵੀਰ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਵੱਡਾ ਧੰਨਵਾਦ ਕਰਦੇ ਹਾਂ ਜੋ ਇੰਟਰਨੈਟ ਦੇ ਜ਼ਰੀਏ ਸਾਡੇ ਇਸ ਕਬੱਡੀ ਕੱਪ ਦੇ ਨਾਲ ਜੁੜੇ ਹੋਏ ਨੇ ਪਰ ਉੱਧਰ ਸਿਮਲਾ ਸਾਹਮਣੇ ਪੁਆਇੰਟ ਜਿਹੜਾ ਕਹਿੰਦੇ ਮੇਰੇ ਵੀਰੋ ਹੈਲੋ ਜੋ ਅਗਲੇ ਰਾਊਂਡ ਦੇ ਵਿੱਚ ਹੈ ਵੀ ਦੂਸਰਾ ਮੈਚ ਆ ਉਹ ਪਹਿਲਾਂ ਗਾਣਾ ਆਪਾਂ ਮੁੰਡਿਆਂ ਨੇ ਪੇਪਰ ਤੇ ਜਾਣਾ ਜਨੇਰ ਤੇ ਮੁਦਕੀ ਦਾ ਠੀਕ ਹੈ ਜੀ ਇਹਨਾਂ ਟੀਮਾਂ ਨੂੰ ਬੁਲਾਓ ਆਓ ਜੀ ਜੀਤ ਸਿੰਘ ਜੀ ਜਨੇਰ ਮੁਦਕੀ ਇਹ ਟੀਮਾਂ ਜਲਦੀ ਨਾਲ ਮੈਦਾਨ ਦੇ ਵਿੱਚ ਪੁੱਜ ਜਾਣ ਲਓ ਸਾਹਮਣੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਕਹਿੰਦੀ ਕਹਿੰਦੇ ਇਸ ਨੌਜਵਾਨ ਨੂੰ ਹਾਂ ਵੀ ਅਸੀਂ ਦਰਸ਼ਕ ਵੀਰਾਂ ਨੂੰ ਦੱਸ ਦਈਏ ਸਾਡੇ ਕੋਲੇ ਜੋਗਿਆਂ ਦੀ ਟੀਮ ਆਈ ਹੈ ਜਿਹਦੇ ਵਿੱਚ ਢੋਲਾ ਸਾਹਿਬ ਵਾਲੇ ਸੁਰਮ ਨੇ ਖੇਡਣਾ ਹੈ ਤੇ ਬਹੁਤ ਹੀ ਸੁਪਰਸਟਾਰ ਖਿਡਾਰੀ ਤੁਹਾਨੂੰ ਵੇਖਣ ਨੂੰ ਮਿਲੂਗਾ ਕਈਆਂ ਨੇ ਦੇਖਿਆ ਤੇ ਕਈਆਂ ਨੇ ਅਜੇ ਵੇਖਣਾ ਹੋਣਾ ਹੈ ਮੇਰੇ ਵੀਰੋ 6.5 ਫੁੱਟ ਕਾਦੇ ਖੜਾਇਆ ਔਰ ਜਦੋਂ ਬਾਂਹ ਖੜੀ ਕਰਦਾ ਤਾਂ 7 ਫੁੱਟ ਦੇ ਕਰੀਬ ਚਲਾ ਜਾਂਦਾ ਔਰ ਸਾਹਮਣੇ ਵੇਖਦਾ ਵੀ ਪਈ ਹੋਈ ਕਬੱਡੀ ਤੇ ਕਹਿੰਦੇ ਵੀ ਨੌਜਵਾਨ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋ ਕਿ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇ ਬਈ
ਇਹਦੇ ਚ ਹੁੰਦਾ ਯਾਰੋ ਸਨ ਵਾਲਾ ਪੇੜ ਬਈ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ ਬਈ ਬਾਕੀ ਉਮਰੀਆਂ ਦੀਆਂ ਖੇਡਾਂ ਮੇਰੇ ਵੀਰੋ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਛਿੰਦਰੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਛਿੰਦਰੀ ਹੈ ਕਹਿੰਦੇ ਵੀ ਤੂਪੁਰੇ ਸਾਹਿਬ ਦਾ ਇੱਕ ਪਿੰਦਰੀ ਹੈ ਬਦਨੀ ਦੀ ਧਰਤੀ ਦਾ ਆਹ ਕਹਿੰਦੇ ਪਿੰਦਰੀ ਹੈ ਔਰ ਦੂਜੇ ਪਾਸੇ ਫਿਰ ਖੇਡ ਮੈਦਾਨ ਦੇ ਵਿੱਚ ਲੱਖਾਂ ਪੂਰੀ ਕੋਸ਼ਿਸ਼ ਕਰਦਾ ਔਰ ਵੇਖਦਾ ਵੀ ਪੈਣ ਜਿਹਾ ਖੇਡ ਮੈਦਾਨ ਦੇ ਵਿੱਚ ਲੱਖਾਂ ਸਾਧਨ ਵਾਲੀ ਹੈ ਸਮੇਂ ਹਾਂਜੀ ਪੁਆਇੰਟ ਕੀ ਦਾ ਗੁਰਮੁਖੀ ਪੁਆਇੰਟ ਜਿਹੜਾ ਮੇਰੇ ਵੀ ਲੱਖਾਂ ਸਾਧਨ ਵਾਲੀ ਆਪਣੀ ਟੀਮ ਦੇ ਲਈ ਜੁੜਦਾ ਗੁਰਮੁਖ ਸਿੰਘ ਜਿਸਮੀ ਵਾਲੇ ਔਰ ਨਾਲ ਬੂਟਾ ਮਨਸੂਰ ਵਾਲੀ ਆ ਫੈਸਲੇ ਕਰਦੇ ਵੀ ਪੁਆਇੰਟ ਦਾ ਸਾਧਨ ਵਾਲੇ ਦੀ ਟੀਮ ਦਾ ਅਗਲੀਆਂ ਟੀਮਾਂ ਜੇਰ ਤੇ ਮੁਦਕਨੀਆਂ ਜਲਦੀ ਨਾਲ ਮੈਦਾਨ ਦੇ ਵਿੱਚ ਬੋਲਣ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਦੀਪ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਲਈ ਵਾਧਾ ਹੋਇਆ ਕਿ ਸਹਿਣੀਆਂ ਕਚੀਤ ਵੱਟ ਤਕਲੀਫਾਂ ਫਿਰ ਕਿਤੇ ਹੁੰਦੀਆਂ ਗਰਾਊਂਡਾਂ 'ਚ ਤਰੀਫਾਂ ਫਸਟ ਪੁਆਇੰਟਾਂ 'ਤੇ ਵੱਜਣ ਤਾੜੀਆਂ ਦੁਨੀਆਂ ਵੀ ਮਾਣ ਪੂਰਾ ਕਰਦੀ ਰਹੀ ਹੈ ਲੋਕਾਂ ਦਾ ਪਿਆਰ ਹੁੰਦਾ ਨਾਲ ਜਿਨ੍ਹਾਂ ਦੇ ਉਹਨਾਂ ਨੂੰ ਜੋਧਿਆ ਕਬੱਡੀ ਵਰ ਦਿੰਦੀ ਹੈ ਬਾਕੀ ਲੋਕਾਂ ਦਾ ਪਿਆਰ ਹੈ ਔਰ ਰਸਵੀਰਾਂ ਦਾ ਭਰਮਾ ਹੰਕਾਰ ਹੈ ਕਬੱਡੀ ਜਗਤ ਦੇ ਵਿੱਚ ਤੁਰਨਾ ਪਈਆਂ ਕਿ ਜਿੱਧਰ ਗਏ ਪੰਜਾਬੀ ਲੈ ਗਏ ਨਾ ਕਬੱਡੀ ਨੂੰ ਤਾਈਓਂ ਰੁਤਬਾ ਮਿਲਿਆ ਅੱਜ ਕਮਾਲ ਕਬੱਡੀ ਨੂੰ ਕੁੱਲ ਪੰਜਾਬੀ ਕਹਿੰਦੇ ਨੇ ਸਰਦਾਰ ਕਬੱਡੀ ਨੂੰ ਕੁੱਲ ਪੰਜਾਬੀ ਕਹਿੰਦੇ ਨੇ ਸਰਦਾਰ ਕਬੱਡੀ ਨੂੰ ਸਰਦਾਰ ਹੈ ਜਿਹੜੀ ਜਾਨ ਖੇਡ ਹੈ ਪਰ ਵੇਖਾਂ ਵੀ ਸੇਵਕ ਸਰਦਾ ਸਿੰਘ ਵਾਲੇ ਦੀ ਧਰਤੀ ਦਾ ਭਦੌੜ ਦੀ ਟੀਮ ਲਈ ਲੱਖ ਪੁਆਇੰਟ ਜੋੜਦਾ ਲਓ ਸਾਹਮਣੇ ਮੈਦਾਨ ਦੇ ਵਿੱਚ ਮੇਰੀ ਦੀਪ ਦੀ ਪਈ ਹੋਈ ਗੱਡੀ ਤੇ ਹੁਣ ਇਸ ਵੇਲੇ ਮੈਦਾਨ ਦੇ ਵਿੱਚ ਚਾਰ ਜਾਫੀ ਹੈ ਚਾਰ ਜਾਫੀ ਦੇ ਵਿੱਚੋਂ ਵੇਖਦਾ ਵੀ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਫੜਿਆ ਗੁੱਟ ਖੇਡ ਮੈਦਾਨ ਦੇ ਵਿੱਚ ਛੁਡਾਇਆ ਗੁੱਟ ਔਰ ਵੇਖਦਾ ਵੀ ਪੱਬਾਂ ਦੀ ਖੇਡ ਹੈ ਔਰ ਵੇਖਾਂ ਵੀ ਪੱਬਾਂ ਦਾ ਸ਼ੀਲਾ ਖਾਰੀ ਇਸ ਵੇਲੇ ਦੀਪ ਕਹਿੰਦੇ ਵੀ ਨੌਜਵਾਨ ਗੱਭਰੂ ਦਾ ਫੜਿਆ ਹੋਇਆ ਗੁੱਟ ਔਰ ਚੱਲਦਾ ਹੋਇਆ ਮੁਕਾਬਲੇ ਪੁਆਇੰਟ ਜਿਹੜਾ ਦੀਪ ਸਾਹਮਣੇ ਆਪਣੀ ਟੀਮ ਦਾ ਜੋੜਦਾ ਹੈ ਅਗਲੀ ਕਬੱਡੀ ਮੇਰੇ ਵੀਰੋ ਕੇਂਦਰ ਮੈਦਾਨ ਦੇ ਵਿੱਚ ਪਾਉਂਦੇ ਲਿਖਿਆ ਹੋਇਆ ਜਾਲੀ ਵਾਲਾ ਵੀਰ ਕਿਰਪਾ ਕਰਕੇ ਸਟੇਜ ਤੇ ਸੰਪਰਕ ਕਰੇ ਜਾਲੀ ਵਾਲਾ ਵੀਰ ਲਓ ਸਾਹਮਣੇ ਇੱਕ ਪਾਸੇ ਨੌਜਵਾਨ ਜਿੰਦਾ ਵੀਰ ਦੂਜੇ ਪਾਸੇ ਕਿਹਦੀ ਔਰ ਵੇਖਦਾ ਵੀ ਸਾਹਮਣੇ ਮੈਦਾਨ ਦੇ ਵਿੱਚ ਔਰ ਪੁਆਇੰਟ ਜਿਹੜਾ ਇਸ ਸਮੇਂ ਪਤੌੜ ਦੀ ਟੀਮ ਲਈ ਜੁੜਦਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਰਾਜਵਿੰਦਰ ਸਿੰਘ ਪਾਉਣ ਦੇ ਲਈ ਵਾਧਾ ਹੋਇਆ ਸਮੇਂ ਔਰ ਵੇਖਦਾ ਵੀ ਜਾਣ ਸਾਰੀ ਮਾਮਲਾ ਸਖ਼ਤ ਹੈ ਖੇਡ ਮੈਦਾਨ ਦੇ ਵਿੱਚ ਲੱਗਾ ਹੋਇਆ ਜ਼ੋਰ ਜ਼ੋਰ ਦੇ ਵੇਖਦਾ ਸਾਹਮਣੇ ਇਸ ਲਈ ਔਰ ਕਹਿੰਦੇ ਵੀ ਘੱਟ ਪਰਿੰਦੇ ਆਸਮਾਨ 'ਚ ਬਹੁਤਾ ਚੜਦੇ ਨਾ ਬਾਕੀ ਘੱਟ ਪਰਿੰਦੇ ਆਸਮਾਨ ਵਿੱਚ ਬਹੁਤਾ ਚੰਨੀ ਉੱਡਦੇ ਔਰ ਵੇਖਦਾ ਵੀ ਸਾਹਮਣੇ ਇਸ ਵੇਲੇ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੁਕਾਬਲਾ ਦੋਨੋਂ ਟੀਮਾਂ ਬੜਾ ਉੱਚ ਕੋਟੀ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ ਲੱਗਿਆ ਹੋਇਆ ਜੋਤ ਤੇ ਪੰਜ ਜਿਹੜਾ ਕਹਿੰਦੇ ਵੀ ਧਾਵੀ ਦੇ ਹਿੱਸੇ ਦਾ ਪੰਜ ਜਿਹੜਾ ਇਸ ਸਮੇਂ ਮੈਦਾਨ ਦੇ ਵਿੱਚ ਸਾਧਾਂ ਵਾਲੇ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸੇਵਕ ਪਾਉਣ ਦੇ ਲਈ ਵਾਧਾ ਹੋਇਆ ਕਿ ਦਰਦ ਵਾਲੇ ਨੇ ਪੀੜ ਅਨੋਖੀ ਏ ਅਸੀਂ ਕੁੰਡੇ ਪਿੱਤਲ ਦੇ ਤੂੰ ਸੁੱਚਾ ਮੋਤੀ ਏ ਤੈਨੂੰ ਜਿੱਤ ਜਿੱਤ ਕੇ ਵੀ ਜਿੱਤ ਸਕਦੇ ਨੇ ਮੁੱਲ ਲੈ ਵੀ ਹੁੰਦਾ ਨਹੀਂ ਹਾਂਜੀ ਹੈਲੋ ਹੈਲੋ ਜੀ ਆ ਵੀ ਕੈਮਰਾਮੈਨ ਰੱਦ ਹੈਲੋ ਕੈਮਰਾਮੈਨ ਇੱਧਰ ਆਓ ਕੈਮਰਾਮੈਨ ਆ ਵੀ ਹੁਣ ਲਓ ਮੰਦ ਦੇ ਵਿੱਚ ਇਸ ਸਮੇਂ ਦੀਪ ਦੀ ਪਾਈ ਹੋਈ ਵੱਡੀ ਮੇਰੇ ਵੀਰੋ ਔਰ ਦੂਜੇ ਪਾਸੇ ਇੱਕਦਮ ਹੀ ਰੂਕੀ ਕਹਿੰਦੇ ਇਸ ਨੌਜਵਾਨ ਨੂੰ ਔਰ ਪੁਆਇੰਟ ਜਿਹੜਾ ਪਧਾਰ ਦੀ ਟੀਮ ਦੇ ਹਿੱਸੇ ਐਡਜਸਟ ਹੁੰਦਾ ਹੋਇਆ ਚੱਲ ਵੀ ਨੌਜਵਾਨ ਕਿੰਦਰੀ ਸਿੰਘ ਪਾਕ ਵੀ ਖੇਡ ਮੈਦਾਨ ਦੇ ਵਿੱਚ ਔਰ ਵੇਖ ਵੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਕਿੰਦਰੀ ਪਾਉਣ ਦੇ ਲਈ ਵਾਧਾ ਹੋਇਆ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਣ ਦੇ ਝੰਡੇ ਨਾਲ
ਪਹਿਲਾ ਵਾਰ ਰਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਸਾਰੀ ਤਕਿਆ ਨਾ ਬੰਦਾ ਕਰੇ ਕੰਮ ਦਾ ਸਾਡਾ ਭਗਤ ਸਿੰਘ ਸਮਾਜੀ ਕਮੇਟੀ ਪ੍ਰਧਾਨ ਬਾਹਰ ਬੈਠਾ ਉਹ ਕਿਰਪਾ ਕਰਕੇ ਤੇ ਕੁਰਸੀ ਤੇ ਆ ਜਾਵੇ ਇਹਦਾ ਇਹ ਬੰਦਾ ਘੱਟ ਨੇ ਇੱਥੇ ਸਾਡੇ ਮਨ ਸਿੰਘ ਜੀ ਪ੍ਰਧਾਨ ਸਮਾਜੀ ਕਮੇਟੀ ਉਹ ਇੱਥੇ ਕੁਰਸੀ ਤੇ ਆ ਜਾਣ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਜੀਤ ਸਿੰਘ ਜੀ ਜਿੱਤਾ ਹੋਣੀ ਔਰ ਵੇਖਣਾ ਵੀ ਜਿੰਦਾ ਪਰ ਵੇਖਣਾ ਵੀ ਫਣ ਜਿਹੜਾ ਸਮੇਂ ਕੇਂਦਰੀ ਆਪਣੀ ਟੀਮ ਦੇ ਜੁੜਦਾ ਅਗਲੀ ਕਬੱਡੀ ਦੀਪ ਪਣ ਦੇ ਨਿਬੰਧ ਵਿੱਚ ਮੇਰੀ ਵੀਡੀਓ ਵਧਾ ਹੋਇਆ ਆ ਵੀ ਆ ਕੁਛ ਦਾਨੀ ਸੱਜਣਾ ਦੇ ਨਾਂ ਹੈ ਅਕਬਾਲ ਸਿੰਘ ਸਰਪੰਚ ਵਕੀਲਾਂ ਵਾਲਾ ਸਾਨੂੰ ਕਲੱਬ ਨੂੰ 500 ਰੁਪਇਆ ਭੇਜਦੇ ਆ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ ਨਿਊ ਪੀ ਐਨ ਆਰ ਹਾਂਜੀ ਕਿਹੜੀ ਟੀਮ ਜਿੱਤੀ ਹੈ ਹਾਂਜੀ ਕਿਹੜੀ ਟੀਮ ਜਿੱਤੀ ਹੈ ਹਾਂਜੀ ਹੈਲੋ ਸਾਡੇ ਸਪੋਰਟਸ ਕਲੱਬ ਨੂੰ ਜਿਨ੍ਹਾਂ ਦਾਨੀ ਸੱਜਣ ਨੇ ਮੈਕ ਸਹਾਇਤਾ ਦਿੱਤੀ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਕੁਛ ਨਾਂ ਇਸ ਤਰ੍ਹਾਂ ਜਿਨ੍ਹਾਂ ਨੇ ਹੁਣ ਨਾਂ ਆਇਆ ਨਿਊ ਪੀ ਐਚ ਆਰ ਕਣ ਦਾ 2500 ਰੁਪਇਆ ਹਾਂਜੀ ਸੁਖਰਾਜ ਸਿੰਘ ਸਨ ਆਫ ਗੁਰਮੇਲ ਸਿੰਘ ਜਿਹੜੇ ਕਿ ਸੁਖਰਾਜ ਸਿੰਘ ਰਾਜੂ ਫੌਜੀ ਪਿਆਰ ਨਾਲ ਅਸੀਂ ਉਹ ਕਹਿੰਦੇ ਹਾਂ ਉਹਨਾਂ ਵੱਲੋਂ 2000 ਰੁਪਇਆ ਇਕਬਾਲ ਸਿੰਘ ਲਹਿਰਾਰੋਈ 500 ਰੁਪਇਆ ਹਾਂਜੀ ਜਿਹੜਾ ਮੈਚ ਹੁਣ ਹੋਇਆ ਬੜਾ ਫਸਵਾਂ ਮੁਕਾਬਲਾ ਜਿਹੜਾ ਖੇਡਿਆ ਗਿਆ ਮੈਦਾਨ ਦੇ ਵਿੱਚ ਪਧਾਉਟ ਦੇ ਪੁਆਇੰਟ ਨੇ 15 ਔਰ ਸਾਧਾਂ ਵਾਲਾਂ ਦੇ ਪੁਆਇੰਟ ਨੇ 15.5 ਦੇ ਪੁਆਇੰਟਾਂ ਦੇ ਨਾਲ ਟੀਮ ਜਿਹੜੀ ਜੇਤੂ ਰਹੀ ਹੈ ਔਰ ਨਾਲ ਹੀ ਮੰਦਰ ਮਹਿਵੀਰ ਹੈਲੋ ਹੈਲੋ ਦਾਤੇ ਭਗਤ ਸੂਰਮਾ ਤਿੰਨੇ ਜੱਗ ਜਿਉਂਦੇ ਦੁਨੀਆਂ ਤੇ ਲਾਗੇ ਮੇਲੇ ਫਿਰ ਲੋਕ ਹੀ ਲੈਂਦੇ ਨੇ ਅੱਜ ਉਹਨਾਂ ਫਾਰਾਂ ਦੀ ਖੇਡ ਮੇਰੇ ਵੀਰੋ ਧੰਨ ਧੰਨ ਬਾਬਾ ਦੁਨੀਆਂ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਬਹੁਤ ਬੜੀਆਂ ਰਣਕਾਂ ਲੱਗੀਆਂ ਹੋਈਆਂ ਪਰ ਕਾਲੀ ਕਾਲੀ ਜੋ ਕਬੱਡੀ ਹੈ ਧਿਆਨ ਦੇ ਨਾਲ ਦੇਖਣ ਵਾਲੀ ਹੋਵੇਗੀ ਕਿ ਅੱਜ ਉਹਨਾਂ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਜਿੱਥੇ ਬਹੁਤ ਵਧੇ ਸ਼ਹੀਦ ਪੈਦਾ ਹੋਏ ਹੈ ਔਰ ਨਾਲ ਹੀ ਮੈਂ ਬੇਨਤੀ ਕਰਾਂ ਜਨੇਰ ਤੇ ਮੋਦੀਆਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪੜ ਜਨੇਰ ਵਰਸਜ ਮੋਦਗੀ ਨੂੰ 1 ਮਿੰਟ ਦਾ ਸਮਾਂ ਹੋਵੇਗਾ ਦੋਨੇ ਟੀਮਾਂ ਜਿਹੜੀਆਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ ਜਨੇਰ ਵਰਸਜ ਮੋਦਗੀ ਹਾਂਜੀ ਸਾਡੇ ਬਲਵਿੰਦਰ ਸਿੰਘ ਪ੍ਰਧਾਨ ਹੈ ਉਹਨਾਂ ਨੂੰ ਕਿਸੇ ਨੇ ਗੁਪਤ ਸਾਨੂੰ ਸੇਵਾ ਭੇਜੀ ਆ 500 ਰੁਪਇਆ ਸ਼ੁਕਰਗੁਜ਼ਾਰਾਂ ਧੰਨਵਾਦ ਰਵਿੰਦਰ ਜੀ ਹਾਂਜੀ ਜਿਹੜੇ ਵੀਰ ਜਾਲੀ ਦੇ ਨਾਲ ਖੜੇ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਉਹ ਕੁਰਸੀਆਂ ਤੇ ਆਵਣ ਕਿਉਂਕਿ 2 ਵਜੇ ਤੋਂ ਬਾਅਦ ਸਟੇਡੀਅਮ ਦੀ ਕੋਈ ਵੀ ਕੁਰਸੀ ਖਾਲੀ ਨਹੀਂ ਰਹਿਣੀ ਸਾਨੂੰ ਪਤਾ ਹਰ ਸਾਲ ਇਹ ਟੂਰਨਾਮੈਂਟ ਤੇ ਕਰਾਉਂਦੇ ਆ ਤੇ ਤੁਹਾਨੂੰ ਮੁੜ ਕੇ ਪੌੜੀਆਂ ਤੇ ਜਾਣ ਦੀ ਖਿੱਚ ਨਹੀਂ ਮਿਲਣੀ ਜਾਂ ਜਿਹੜੇ ਫਸਲੋਂ ਖੜੇ ਹੀ ਆ ਉਹ ਨਾਲ ਬਹਿ ਜਾਣ ਤੇ ਬਾਕੀ ਦੇ ਮੇਰੇ ਵੀਰ ਜਿਹੜੇ ਬਹਿ ਨਹੀਂ ਸਕਦੇ ਉਹ ਜਾ ਕੇ ਪੌੜੀਆਂ ਤੇ ਵਿਰਾਜਮਾਨ ਹੋ ਜਾਣ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ ਹੈਲੋ ਲਾ ਮੁਕਾਬਲਾ ਜਿਹੜਾ ਸ਼ੁਰੂ ਹੋ ਚੁੱਕਿਆ
ਧੰਨ ਧੰਨ ਬਾਬਾ ਦੁਨੀ ਚੰਦ ਜੀ ਤੈਨੂੰ ਦੁਨੀਆਂ ਚੇਤੇ ਕਰਦੀ ਹੈ, ਉਹ ਦੁਨੀਆਂ ਤੇ ਭਾਗਾ ਬੰਦਾ ਤੇ ਜੀ ਤੇ ਰਹਿਮ ਤੁਹਾਡੇ ਦਰਦੀ ਹੈ, ਉਹ ਦੁਨੀਆਂ ਤੇ ਭਾਗਾ ਬੰਦਾ ਤੇ ਜੀ ਤੇ ਰਹਿਮ ਤੁਹਾਡੇ ਦਰਦੀ। ਮੁਕਾਬਲਾ ਜਿਹੜਾ ਸ਼ੁਰੂ ਹੋ ਚੁੱਕਾ ਹੈ, ਫਿਰੋਜ਼ਪੁਰ ਜ਼ਿਲ੍ਹੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਮੁਦਕੀ, ਇਤਿਹਾਸ ਨਗਰੀ ਮੇਰੇ ਵੀਰ 1845 ਤੇ 46 ਈਸਵੀ ਦਾ ਇਤਿਹਾਸ ਹੈ। ਮੁਦਕੀ ਦੀ ਟੀਮ ਜੋ ਹੈ ਉਹ ਪਿੰਡ ਵਾਲੇ ਪਾਸੇ ਚਲੀ ਗਈ ਹੈ। ਆ ਦੂਜੇ ਪਾਸੇ ਮੈਂ ਗੱਲ ਕਰਾਂ, ਇਹ ਟੀਮ ਜੋ ਹੈ ਜਨੇਰ ਦੀ ਹੈ, ਉਹ ਇੱਧਰ ਚੜ੍ਹਦੇ ਵਾਲੇ ਪਾਸੇ ਚਲੀ ਗਈ ਹੈ। ਦੋਨੇ ਪਾਸੇ ਜੋ ਟੀਮਾਂ ਪਾ ਰਹੀਆਂ, ਮੈਚ ਵਧੀਆ ਹੋਵੇਗਾ। ਔਰ ਨਾਲ ਹੀ ਜਿੰਨੀਆਂ ਕਬੱਡੀ ਓਪਨ ਦੀਆਂ ਟੀਮ ਪਹੁੰਚੀਆਂ, ਜਿਵੇਂ ਜਿਵੇਂ ਪਹੁੰਚੀਆਂ ਨੇ ਸਾਡੇ ਪ੍ਰਬੰਧ ਵੀਰਾਂ ਦੇ ਨਾਲ ਰਾਤ ਤੱਕ ਕਾਇਮ ਕਰਦੀਆਂ ਜਾਣ। ਆਓ ਗੱਭਰੂਆ, ਪਹਿਲੀ ਕੜੀ ਕੌਣ ਪਾਵੇਗਾ? ਕਿ ਜੀਤੇ ਮਹਿਰੋਂ ਵਾਲੇ ਤਾਂ ਗੱਲ ਵੱਖਰੀ, ਹੁਣੇ ਹੁਣੇ ਚੜ੍ਹੀ ਆ ਜਵਾਨੀ ਅਖਰੀ, ਕਿੰਡਾ ਕਾਹਦਾ ਯਾਰ ਜਮਾ ਸ਼ੂਕ ਦਾ ਤਫਨ ਹੈ। ਜੀਤੇ ਮਹਿਰੋਂ ਵਾਲੇ ਵਿੱਚ ਛੇਰ ਜਿੰਨੀ ਜਾਣ ਹੈ, ਜੀਤੋ ਮਹਿਰੋਂ ਵਾਲੇ ਵਿੱਚ ਛੇਰ ਜਿੰਨੀ ਜਾਣ ਹੈ। ਮਹਿਰੋਂ ਦੀ ਧਰਤੀ ਦਾ ਜੀਤਾ ਮੇਰੇ ਵੀਰੋ, ਪਹਿਲੀ ਕਬੱਡੀ ਪਾਉਣ ਲਈ ਮੋਦਕੀ ਦੇ ਵੱਲੋਂ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ, ਜਿੱਥੇ ਕਹਿੰਦੇ ਵੀ ਜੀਤੇ ਮਾੜ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ। ਲੈ ਇੱਕ ਪਾਸੇ ਜੀਤਾ ਮਹਿਰੋਂ ਦੀ ਧਰਤੀ ਦਾ, ਦੂਜੇ ਪਾਸੇ ਇਸ ਨੌਜਵਾਨ ਨੂੰ ਘਾਲੀ ਆਖਦੇ ਆ, ਜਿਹਨੇ ਬਹੁਤ ਸਾਰਾ ਜੱਫਾ ਮਾਰ ਕੇ ਨੰਬਰ ਜੋ ਹੈ ਜਨੇਰ ਦੀ ਟੀਮ ਦੇ ਲਈ ਜੋੜਿਆ, ਘਾਲੀ ਨੇ ਬਹੁਤ ਸੋਹਣਾ ਅੰਕ ਆਪਣੀ ਟੀਮ ਦੇ ਲਈ ਜੋੜਿਆ। ਪਹਿਲੀ ਕਬੱਡੀ ਇੱਧਰੋਂ ਕੌਣ ਪਾਵੇਗਾ? ਜਿੱਥੇ ਕਹਿੰਦੇ ਵੀ ਢੁੱਡੀ ਵਾਲਾ ਮਸ਼ਹੂਰ ਹੈ, ਗਰਦਾਰ ਵੀ ਆ ਮਸ਼ਹੂਰ ਹੈ, ਇਹ ਕੌਣ ਹੈ? ਇਹ ਜਨੇਰਾਂ ਦੀ ਧਰਤੀ ਦੇ ਰਮਨੇ ਨੇ, ਧਰਤੀ ਮਾਂ ਨੂੰ ਸਲਾਮ ਕੀਤੀ ਹੈ। ਔਰ ਪਹਿਲੀ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਹੈ ਨੌਜਵਾਨ, ਅੱਜ ਦੇਖਾਂ ਵੀ ਮਹਿਲਾ ਵਾਲੇ ਕਲਾਂ ਦੀ ਧਰਤੀ ਤੇ ਲਹਿਰਾਉਂਦੇ ਹੋਏ ਚੜ੍ਹੇ। ਇੱਕ ਪਾਸੇ ਆ ਕੌਣ ਹੈ? ਬੜੀ ਸੋਹਣੀ ਕਬੱਡੀ ਖੇਡਦਾ ਪ੍ਰੀਤ ਹਰਿਆਣਾ, ਨਹੀਂ ਟੁੱਟਦਾ ਜੱਫਾ ਜਦੋਂ ਪੈ ਜੇ ਲੱਖਾਂ ਵੜ ਖਾਣਾ, ਇਹ ਕੌਣ ਹੈ? ਇਹ ਮੁਰਗੀ ਦੀ ਧਰਤੀ ਦਾ ਲੱਖਾਂ ਵੜ ਖਾਣੇ ਦੇ ਨਾਲ ਮਸ਼ਹੂਰ ਹੈ। ਹਾਂਜੀ, ਹੁਣ ਸਾਡੇ ਜਨਰਲ ਮੈਨੇਜਰ IR ਸਾਹਿਬ, ਡਿਪਟੀ ਜਨਰਲ ਮੈਨੇਜਰ RB ਜੈਨ ਸਾਹਿਬ, ਸਾਡੇ ਪ੍ਰਾਇਮਰੀ ਸਕੂਲ ਨੂੰ ਤਿੰਨਾਂ ਪੱਖਿਆਂ ਦਾ ਆਪਣੇ ਹੱਥੀਂ ਦਾਨ ਦੇਣਗੇ, ਤਾਂ ਕਿ ਸਾਡੇ ਜਿਹੜੇ ਨਿੱਕੇ ਨਿੱਕੇ ਬੱਚੇ ਆ ਉਹ ਗਰਮੀਆਂ ਤੋਂ ਰਾਹਤ ਉਹਨਾਂ ਨੂੰ ਮਹਿਸੂਸ ਹੋਊਗੀ। ਇਹ ਹੁਣ ਸਾਡੇ ਜਨਰਲ ਮੈਨੇਜਰ IR ਸਾਹਿਬ, ਡਿਪਟੀ ਜਨਰਲ ਮੈਨੇਜਰ RB ਸਾਹਿਬ ਤਿੰਨ ਪੱਖੇ ਸਕੂਲ ਵਾਲੇ ਟੀਚਰਾਂ ਨੂੰ ਦੇ ਰਹੇ ਨੇ। ਇਧਰਲੇ ਪਾਸੇ ਡੰਡ ਵਾਲੀ ਇਹ ਗੋਰੇ ਦੀ ਪਾਈ ਹੋਈ ਕਬੱਡੀ ਮੇਰੇ ਵੀਰੋ, ਔਰ ਦੂਜੇ ਪਾਸੇ ਦੇਖਾਂ ਵੀ ਕੱਲੀ ਨੇ ਲਾ ਦੂਜਾ ਜਹਾ ਨੰਬਰ ਜਨੇਰਾਂ ਦੀ ਟੀਮ ਦੇ ਜੋੜ ਦਿੱਤਾ ਹੈ। ਸਿੱਖੀ ਵੀ ਕਾਇਮ ਹੈ, ਕਬੱਡੀ ਵੀ ਕਾਇਮ ਹੈ। ਇੱਕ ਕਹਿੰਦੇ ਵੀ ਦੁਨੀਆਂ ਭਰ ਦਾ ਸਟਾਰ ਜਾਪਿਆ ਦੌਦਰ ਵਾਲਾ ਵਰਿੰਦਰ, ਆਹ ਨੌਜਵਾਨ ਸਿੱਖੀ ਸੂਬ ਦੇ ਵਿੱਚ ਵਰਿੰਦਰ ਕਬੱਡੀ ਪਾਉਣ ਦੇ ਵਾਅਦਾ ਹੋਇਆ ਕਿ ਇੱਥੇ ਭਗਤ ਸਰਾਵੇ ਵਰ ਕੇ ਜਾਨਾਂ ਵਾਰ ਗਏ, ਪਰਿਵਾਰ ਵਾਰ ਕੇ ਸਾਡੇ ਤੋਂ, ਕਦੇ ਉਹਨਾਂ ਬਾਰੇ ਵੀ ਸੋਚੋ। ਪੁੱਤ ਇੱਕ ਮਰਵਾਉਣਾ ਔਖਾ ਹੈ, ਜੋ ਚਾਰ ਵਾਰ ਕੇ ਸਾਡੇ, ਕਦੇ ਉਹਨਾਂ ਬਾਰੇ ਵੀ ਸੋਚੋ। ਪੁੱਤ ਇੱਕ ਮਰਵਾਉਣਾ ਔਖਾ ਹੈ, ਜੋ ਚਾਰ ਵਾਰ ਕੇ ਸਾਡੇ ਤੋਂ, ਕਦੇ ਉਹਨਾਂ ਬਾਰੇ ਵੀ ਸੋਚੋ। ਆ ਕੌਣ ਹੈ? ਇਹ ਸੰਧੂ ਪਰਿਵਾਰ ਦਾ ਮੁੰਡਾ, ਕਿੱਕਰ ਸੰਧੂ ਦਾ ਪੁੱਤ, ਇਸ ਸਮੇਂ ਹੈਪੀ ਜਫਾ ਲੈ ਸਕਿਆ ਮੋਦਕੀ ਵਾਲਾ, ਨੰਬਰ ਜੋ ਹੈ ਜਨੇਰਾਂ ਵਾਲਾ ਅੰਦਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਅਗਲੀ ਕਬੱਡੀ ਦੇ ਨਾਂ ਜੋੜਾਂਗੇ, ਜੀਤਾ ਮੈਂ ਪਿੰਡ ਦਾ, ਆਓ ਦੇਖਾਂ ਵੀ ਲਾ ਨੌਜਵਾਨ ਕਾਲੂ ਨੂੰ ਹੱਥ ਨਾ ਜੋੜਦਾ ਹੋਇਆ ਆਪਣੀ ਟੀਮ ਲਈ। ਹੈਲੋ, ਨਹੀਂ ਹੁਣ ਆਓ ਸਿਸਟਮ, ਬੀਬੀ ਸਾਹਿਬ ਤੁਸੀਂ ਆਓ, ਇਹ ਤੁਹਾਡੇ ਬੱਚਿਆਂ ਨੂੰ ਦੇਣਾ ਆਰੋ ਸਿਸਟਮ। ਨਾਲ ਹੀ ਮੈਂ ਬੇਨਤੀ ਕਰਾਂ ਕੰਡਿਆਲ ਤੇ ਦੀਵਾਨੇ ਦੋਨੋਂ ਜੋ ਟੀਮਾਂ ਨੇ, ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚਦੀਆਂ ਹੋ ਜਾਣ। ਆਓ, ਇੱਕ ਪਾਸੇ ਲੱਖਾਂ ਵੱਢ ਖਾਣਾ ਤੇ ਦੂਜੇ ਪਾਸੇ ਜਨੇਰਾਂ ਵਾਲਾ ਰਾਣਾ, ਬਹੁਤ ਵਧੀਆ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਲਈ।
ਜਿੱਥੋਂ ਦਾ ਆਹਾਨ ਕਬਾੜੀ ਪਾਉਣ ਦੇ ਲਈ ਲਿਆ ਮੋਹੀ ਤੇ ਫਰੀਦਕੋਟ ਦੇ ਕਾਰ ਪਿੰਡ ਪੈਂਦਾ ਹੈ ਜਿੱਥੋਂ ਦੀ ਅੱਖੀਆਂ ਪੰਜਾਬ ਭਰ ਦੇ ਵਿੱਚ ਮਸ਼ਹੂਰ ਹੈ ਜੰਡ ਵਾਲੇ ਦੀ ਧਰਤੀ ਦਾ ਗੋਰਾ ਇਸ ਸਮੇਂ ਖੇਡ ਮੈਦਾਨ ਵਿੱਚ ਕਬੱਡੀ ਖੇਡਦਾ ਹੈ ਇਹ ਸਾਈ ਕਲੱਬ ਨੂੰ ਜਨਰਲ ਮੈਨੇਜਰ ਸਾਹਿਬ ਡਿਪਟੀ ਜਨਰਲ ਮੈਨੇਜਰ ਸਾਹਿਬ 11,000 ਰੁਪਇਆ ਸਾਡੇ ਸਪੋਰਟਸ ਕਲੱਬ ਨੂੰ ਦਿੱਤੇ ਆ ਉਹਨਾਂ ਦਾ ਅਸੀਂ ਸਾਰੇ ਕਲੱਬ ਧੰਨਵਾਦ ਕਰਦੇ ਹਾਂ ਹੁਣ ਅਸੀਂ ਇਹਨਾਂ ਨੂੰ ਸਨਮਾਨ ਦਾ ਚਿੰਨ ਦਿੰਦੇ ਹਾਂ ਸਾਰੇ ਕਲੱਬ ਐਨ ਆਈ ਵੀਰ ਸਮੂਹ ਗ੍ਰਾਮ ਪੰਚਾਇਤ ਕੰਡਿਆਲ ਤੇ ਦੀਵਾਨੇ ਨੂੰ ਮੇਰਾ ਇੱਕ ਮਿੰਟ ਦੀ ਲਾਸਟ ਕਾਲ ਦੇਵਾਂਗਾ ਕੰਡਿਆਲ ਵਰਸ ਚ ਦੀਵਾਨੇ ਹਰ ਇੱਕ ਪਾਸੇ ਆਪਣੇ ਸਮੇਂ ਦਾ ਮਹਾਨ ਖਿਡਾਰੀ ਗੁਰਬਖਸ਼ ਸਿੰਘ ਸੋਢੀ ਵਾਲਾ ਇੱਕ ਸਮੇਂ ਬੂਟਾ ਕੋਚ ਮਨਸੂਰ ਵਾਲਿਆ ਇੱਧਰ ਹੁਣ ਅਸੀਂ ਡਿਪਟੀ ਜਨਰਲ ਮੈਨੇਜਰ ਆਰ ਪੀ ਜੈਨ ਸਾਹਿਬ ਨੂੰ ਸਨਮਾਨ ਦੇਣ ਚੱਲੇ ਉਧਰ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਇਹ ਕਿੱਕਰ ਸੰਧੂ ਦਾ ਪੁੱਤ ਹੈਪੀ ਸੰਧੂ ਮੋਦਕੀ ਵਾਲਾ ਜਿਹੜਾ ਇਸ ਸਮੇਂ ਬਹੁਤ ਵਧੀਆ ਜੱਫਾ ਮਾਰਦਾ ਹੋਇਆ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਉਦਮ ਦੇ ਨਾਲ ਖੇਡ ਕਬੱਡੀ ਮਾਰੂਗਾ ਤੇ ਹੁਣ ਮੈਂ ਐਨ ਆਰ ਆਈ ਵੀਰਾਂ ਬੇਨਤੀ ਕਰਦਾ ਕਿ ਉਹ ਦੂਸਰਾ ਜਿਹੜਾ ਬਣਦਾ ਮਾਨ ਸਨਮਾਨ ਉਹ ਆ ਕੇ ਆਪਣੇ ਹੱਥਾਂ ਨਾਲ ਇਹਨਾਂ ਨੂੰ ਸਨਮਾਨ ਸਨਮਾਨ ਕਰਨ ਐਨ ਆਰ ਆਈ ਵੀਰ ਐਨ ਆਰ ਆਈ ਭਰਾਵਾਂ ਦੀ ਵੱਡੀ ਦੇਣ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਜਿੰਨੇ ਵੀ ਐਨ ਆਰ ਆਈ ਵੀਰ ਮੇਰੇ ਬੇਟਿਆ ਸਾਰੇ ਆ ਜਾਣ ਅਸੀਂ ਉਹਨਾਂ ਦਾ ਵੀ ਸਨਮਾਨ ਕਰਦੇ ਹਾਂ ਮਾਇਰੋ ਪਿੰਡ ਦੇ ਜੀਤੇ ਦੀ ਪਾਈ ਹੋਈ ਕਬੱਡੀ ਤੇ ਜਨੇਰਾ ਵਾਲਾ ਕਾਲਾ ਘੇਰਦਾ ਹੈ ਪਰ ਨੰਬਰ ਜੋ ਹੈ ਮਾਇਰੋ ਪਿੰਡ ਵਾਲਾ ਜੀਤਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਜਿੰਨੀਆਂ ਕਬੱਡੀ ਪਿੰਡ ਦੀਆਂ ਟੀਮਾਂ ਸਾਡੇ ਦਰਮਿਆਨ ਪਹੁੰਚ ਗਈਆਂ ਨੇ ਉਹ ਸਾਡੇ ਪ੍ਰਬੰਧਕ ਵੀਰਾਂ ਦੇ ਨਾਲ ਰਾਬਤਾ ਕਾਇਮ ਕਰਨ ਜਿੰਨੀਆਂ ਵੀ ਕਬੱਡੀ ਓਪਨ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਅਗਲੀ ਕਬੱਡੀ ਕਿ ਕਬੱਡੀ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਲੋਕ ਗੱਲਾਂ ਕਬੱਡੀ ਦੀਆਂ ਕਰਨ ਲੱਗੇ ਪਾਤੀ ਰੇਡਰ ਨੇ ਰੇਡ ਮੱਥਾ ਟੇਕ ਕੇ ਜਾਫੀ ਫੜਨ ਦੀਆਂ ਸਲਾਹਾਂ ਕਰਨ ਲੱਗੇ ਕਿਹੜਾ ਗੁੱਟ ਫੜਦਾ ਕਿਹੜਾ ਖੁੱਚ ਭਰਾ ਕਿਹੜਾ ਢਾ ਕੇ ਹਿੱਕ ਤੇ ਬਹਿਣ ਲੱਗਾ ਇਹ ਵਾਲੇ ਲੰਮੇ ਸਮੇਂ ਦੀ ਗੱਲ ਨਹੀਂ ਡਿਪਟੀ ਜਨਰਲ ਮੈਨੇਜਰ ਆਰ ਪੀ ਜੈਨ ਸਾਹਿਬ ਨੂੰ ਉਹਨਾਂ ਨੂੰ ਦੋ ਚਾਲੀ ਹੋ ਰਿਹਾ ਜਨ ਵਾਲੇ ਹੋਰ ਜਿਹੜੇ ਵੀਰ ਬੈਠੇ ਆ ਉਹਨਾਂ ਦਾ ਨਾਂ ਨਹੀਂ ਲੈ ਸਕਦਾ ਜਲਦੀ ਆ ਵੀ ਵਰਿੰਦਰ ਸਿੰਘ ਪਾ ਉਹਨਾਂ ਆ ਗਈ ਕਬੱਡੀ ਕੋਲ ਦੇ ਹਾਦਰਾ ਵਿੱਚ ਹੰਦੇ ਦੋ ਦਿਸਦੇ ਚੜ ਜਾਂਦਾ ਚਾਹ ਜਦੋਂ ਖਿਡਾਰੀ ਵਿੱਚ ਦਿਸਦੇ ਕਿ ਜਾਵਾ ਬਲ ਹਰੇ ਨੇ ਕਾੜੇ ਦੀ ਕਰੀ ਖੇਡੀ ਕਬੱਡੀ ਯਾਰੋ ਖੇਡੀ ਕਬੱਡੀ ਕਿ ਮੈਨੇਜਰ ਜੀ ਜੋ ਉਹਨਾਂ ਦਾ ਮਾਨ ਸਨਮਾਨ ਕਰਦਾ ਉਹਨਾਂ ਨੂੰ ਵੀ ਅਸੀਂ ਮਾਨ ਸਨਮਾਨ ਦਾ ਕਰ ਰਹੇ ਹਾਂ ਜਿਹੜੇ ਕਿ ਬਹੁਤ ਵਧੀਆ ਢੰਗ ਨਾਲ ਇਹਨੇ ਥੋੜੇ ਸਮੇਂ ਬੈਂਕ ਨੂੰ ਇੰਨੀਆਂ ਉਚਾਈਆਂ ਤੇ ਲੈ ਕੇ ਗਏ ਮੈਚ ਬਹੁਤ ਵਧੀਆ ਖੇਡਿਆ ਜਾ ਰਿਹਾ ਅੱਡੀ ਚੋਟੀ ਦਾ ਜ਼ੋਰ ਆ ਰਹੀਆਂ ਦੋਨੋਂ ਟੀਮਾਂ ਅਰਨਾਲੀ ਕੰਡਿਆਲ ਵਰਸ ਚ ਦੀਵਾਨੇ ਜਿੰਨੀਆਂ ਵੀ ਓਪਨ ਦੀਆਂ ਟੀਮਾਂ ਪਹੁੰਚੀਆਂ ਨੇ ਜਲਦੀ ਤੋਂ ਜਲਦੀ ਖੇਡ ਮੈਦਾਨਾਂ ਦੇ ਵਿੱਚ ਪਹੁੰਚਣ ਜਲਦੀ ਤੋਂ ਜਲਦੀ ਸਾਡੇ ਹੁਣ ਜਿਹੜੇ ਸਾਡੇ ਫੀਲਡ ਅਫਸਰ ਆ ਜਿਹੜੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਆ ਨੌਜਵਾਨਾਂ ਹੈਲੋ ਜਿਹਨਾਂ ਦੀ ਬੋਲੀ ਬਈ ਮਿੱਟੀ ਆ ਜਿਨ੍ਹਾਂ ਨੇ ਕਰਾਬ ਲੋਨ ਬਹੁਤ ਵੱਡੇ ਢੰਗ ਨਾਲ ਕਰਤਾ ਬੈਂਕ ਨੂੰ ਬਹੁਤ ਅੱਗੇ ਲੈ ਕੇ ਗਏ ਉਹਨਾਂ ਦਾ ਯੋਗਦਾਨ ਆ ਉਹਨਾਂ ਦਾ ਸਨਮਾਨ ਉਹਨਾਂ ਦੇ ਰਹੇ ਹਾਂਜੀ ਇਸ ਤੋਂ ਅਗਲੇ ਮੈਚ ਦੀ ਕਮੈਂਟਰੀ ਰਿੰਪਾ ਸਿੰਘ ਬਰਾੜ ਉਹ ਕਰਨਗੇ ਆਪਣੇ ਮਿੱਟੇ ਬੋਲਾਂ ਨਾਲ ਸਾਰੇ ਦਰਸ਼ਕਾਂ ਨੂੰ ਹਾਂਜੀ ਮੈਚ ਬਾਰੇ ਜਾਣਕਾਰੀ ਦੇਣਗੇ ਰਿੰਪਾ ਸਿੰਘ ਬਰਾੜ ਨੂੰ ਬੇਨਤੀ ਹੈ ਜਿਸ ਰਾਜ ਇੰਸਪੈਕਟਰ ਉਹ ਵੀ ਗਰਾਊਂਡ ਚੰਡੀਗੜ੍ਹ ਤੋਂ ਆਇਆ
ਉਹਨਾਂ ਦਾ ਮਾਣ ਸਨਮਾਨ ਕਰ ਰਹੇ ਇਸ ਤੋਂ ਅੱਗੇ ਪੰਜਾਬ ਦੀ ਬੁਲੰਦ ਆਵਾਜ਼ ਰਿੰਪਾ ਬਰਾੜ ਗੱਜਣ ਵਾਲੀ ਹਾਂਜੀ ਹੁਣ ਵਰੁਣ ਸ਼ਰਮਾ ਰਿਪੋਰਟ ਦੂਸ਼ਕ ਦੇ ਪਧਾਰਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ ਦਾ ਜੰਡ ਵਾਲੀ ਆ ਗਾ ਮੇਰੇ ਵੀਰੋ ਅਰੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਹੁੰਦਾ ਹੋਇਆ ਚਾਰ ਜਾਫੀ ਤਿਆਰ ਨੇ ਸੁਜੀ ਵਾਹੋ ਨੌਜਵਾਨਾਂ ਇੱਕ ਪਾਸੇ ਘਾਲੀ ਆ ਹਾਂਜੀ ਫਿਰ ਦੁਬਾਰਾ ਅਸੀਂ ਗ੍ਰਾਮ ਪੰਚਾਇਤ ਸਪੋਰਟਸ ਕਲੱਬ ਭਗਤ ਬਾਬਾ ਦੁਨੀ ਚੰਦ ਸਮਾਧੀ ਕਮੇਟੀ ਪਿੰਡ ਦੇ ਪਤਵੰਤੇ ਤੇ ਸਮੂਹ ਪਿੰਡ ਵਾਸੀ ਅਤੇ ਇਲਾਕੇ ਵਾਸੀ ਵੱਲੋਂ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਹਾਂ ਇਹ ਕਹਿੰਦਾ ਕਿ ਬੇਨਤੀ ਕਰਦੇ ਹਾਂ ਨਿਜਰ ਸਾਹਿਬ ਇੱਕ ਸਾਡੀ ਬੇਨਤੀ ਸੁਣ ਹਾਂਜੀ ਮਨੇਜਰ ਸਾਹਿਬ ਇੱਕ ਸਾਡੀ ਬੇਨਤੀ ਸੁਣ ਕੇ ਜਾਇਓ ਜੀ ਮੈਨੇਜਰ ਸਾਹਿਬ ਇੱਕ ਸਾਡੀ ਬੇਨਤੀ ਹੈ ਸਾਡੇ ਨਗਰ ਵਾਸੀਆਂ ਦੀ ਹੱਥ ਬੰਨ ਕੇ ਜਿਹੜੀ ਲੜਕੀ ਤੁਹਾਡੇ ਇਸ ਬੈਂਕ ਕੰਮ ਕਰ ਰਹੀ ਆ ਉਹਦਾ ਵੀ ਬੈਂਕ ਚਲਾਉਣ ਵਿੱਚ ਬਹੁਤ ਯੋਗਦਾਨ ਆ ਬੈਂਕ ਵਾਸਤੇ ਉਹਨੇ ਬੜੀ ਸੇਵਾ ਕੀਤੀ ਆ ਹੁਣ ਤੱਕ ਉਚਾਈ ਨੇ ਸਾਡੀ ਬੇਨਤੀ ਆ ਕਿ ਉਹ ਸਾਡੇ ਇਸੇ ਨਗਰ ਦੀ ਆ ਤੇ ਉਹਨੂੰ ਨੌਕਰੀ ਪੱਕੀ ਦਿੱਤੀ ਜਾਵੇ ਇਹ ਸਾਡੇ ਸਮੁੱਚੇ ਨਗਰ ਵਾਸੀਆਂ ਦੀ ਤੁਹਾਡੀ ਅਪੀਲ ਆ ਤੁਹਾਡੇ ਅੱਗੇ ਕਿਰਪਾ ਕਰਕੇ ਸਾਡੀ ਅਪੀਲ ਪ੍ਰਵਾਨ ਕਰਨੀ ਹੈਲੋ ਜਿਵੇਂ ਕਿ ਪਿੰਡ ਵਾਸੀਆਂ ਨੇ ਡਿਮਾਂਡ ਆਪਣੀ ਰੱਖੀ ਹੈ ਅਸੀਂ ਆਉਣ ਵਾਲੇ ਟਾਈਮ ਜਦੋਂ ਕਹਿੰਦੇ ਨਿਕਲਣਗੇ ਹਾਂ ਮੈਂ ਇਹਨਾਂ ਨੂੰ ਇਸ ਗੱਲ ਦੀ ਵਿਸ਼ਵਾਸ ਦਿੰਦਾ ਕਿ ਇਸ ਨੂੰ ਪਹਿਲ ਤੇ ਬੇਸ ਤੇ ਪੱਕਾ ਕੀਤਾ ਜਾਊਗਾ ਧੰਨਵਾਦ ਜੀ ਧੰਨਵਾਦ ਇਹਨਾਂ ਦਾ ਕਰਦੇ ਜਿਹਨੇ ਸਾਨੂੰ ਵਿਸ਼ਵਾਸ ਦਿੱਤਾ ਲੜਕੀ ਦਾ ਪੱਕੀ ਕਰਨ ਵਾਸਤੇ ਫਿਰ ਦੁਬਾਰਾ ਅਸੀਂ ਸਾਰੇ ਨੂੰ ਜੀ ਆਇਆਂ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਇਸ ਸਮੇਂ ਦੇਖਾਂ ਵੀ ਰਮਨੇ ਜਨੇਆ ਵਾਲੇ ਦੀ ਪਾਈ ਹੋਈ ਕਬੜੀ ਹੈ ਮੁੱਦਕੀ ਵਾਲਾ ਬਿੱਲੇ ਪੇਂਡੂ ਹੈ ਬੱਬੂ ਦਾ ਪੇਂਡੂ ਹੈ ਆਹ ਦੇਖੋ ਮੁੰਡਾ ਇਸਨੇ ਸੰਧੂ ਪਰਿਵਾਰ ਹੈਪੀ ਸੰਧੂ ਬਹੁਤ ਵਧੀਆ ਜਪਾ ਕੇ ਨੰਬਰ ਜੋ ਹੈ ਆਪਣੀ ਟੀਮ ਲਈ ਜੋੜਦਾ ਹੋਇਆ ਡੰਡ ਵਾਲੇ ਦੀ ਧਰਤੀ ਦਾ ਸੇਖੋ ਗੀਤਕਾਰੀ ਦੇ ਵਿੱਚ ਮਸ਼ਹੂਰ ਹੈ ਡੰਡ ਵਾਲੇ ਦੀਆਂ ਕਈਆਂ ਮਸ਼ਹੂਰ ਹੈ ਲਓ ਦੇਖਾਂ ਵੀ ਆਹ ਨੌਜਵਾਨ ਕਬੱਡਾ ਖਿਡਾਰੀ ਮਸ਼ਹੂਰ ਹੈ ਜਿਹੜਾ ਇਸ ਸਮੇਂ ਕਬੱਡੀ ਪਾਉਣ ਦੇ ਵਾਧਾ ਹੋਇਆ ਔਰ ਦੂਜੇ ਪਾਸੇ ਗੱਲ ਵੱਖਰੀ ਹੋਈ ਪਈ ਹੈ ਠੰਡ ਵਾਲੀ ਗੋਰਾ ਪੁਆਇੰਟ ਮੋਦਕੀ ਦੀ ਟੀਮ ਦੇ ਲਈ ਜੋੜਦਾ ਹੋਇਆ ਆਹ ਵੀ ਅਮਰਿੰਦਰ ਸਿੰਘ ਪਾਓ ਨੌਜਵਾਨਾਂ ਅਗਲੀ ਕਬੱਡੀ ਕੰਗਾ ਕਸ਼ਹਿਰਾ ਕਿਰਪਾਨ ਕਾ ਫਿਰ ਸਾਹਮਣੇ ਦਿਸ ਪੈਂਦਾ ਇੱਕ ਸਿੰਘ ਸਰਦਾਰ ਖੜਾ ਲੱਖਾਂ ਵਿੱਚੋਂ ਦਿਸ ਪੈਂਦਾ ਇੱਕ ਸਰਦਾਰ ਖੜਾ ਤਿੰਨ ਟੈਕ ਲੈਣੇ ਹੁਣ ਤੱਕ ਸੰਧੂ ਪਰਿਵਾਰ ਦੇ ਹੈਪੀ ਨੇ ਔਰ ਤੀਜੇ ਫੇਰ ਦੀ ਤਿਆਰੀ ਕਰਦਾ ਹੋਇਆ ਪਾਰਨਰ ਜੋ ਹੈ ਜਨੇਰਾਂ ਵਾਲਾ ਵਰਿੰਦਰ ਸਿੰਘ ਆਪਣੀ ਟੀਮ ਦੇ ਲਈ ਜੁੜਦਾ ਹੋਇਆ ਜੀਤਮ ਰੋਪਣ ਦਾ ਕਿਉਂ ਵੈਲੀ ਭੱਜ ਤੁਰਿਆ ਜੀਤੇ ਮਾੜ ਨਾ ਪੰਗਾ ਪਾ ਕੇ ਆ ਸਿੰਘ ਫਸਗੇ ਕੁੰਡੀਆਂ ਦੇ ਮਿੱਤਰੋ ਬਹਿ ਜੋ ਗੋਡੀ ਲਾ ਕੇ ਆ ਸਿੰਘ ਫਸਗੇ ਕੁੰਡੀਆਂ ਦੇ ਮਿੱਤਰੋ ਬਹਿ ਜੋ ਗੋਡੀ ਲਾ ਕੇ ਆ ਦੇਖਾ ਵੀ ਜੀਤੇ ਦੀ ਪਾਈ ਹੋਈ ਕਬੱਡੀ ਔਰ ਸੁਰਤਾਲ ਦੇ ਵਿੱਚ ਵਿਸਵਾਈਦੀ ਹੋਈ ਨੰਬਰ ਜੋ ਹੈ ਮੋਦੀ ਦੀ ਟੀਮ ਦੇ ਲਈ ਆਹੋ ਨੌਜਵਾਨ ਅਗਲੀ ਕਬੱਡੀ ਇਧਰਲੇ ਪਾਸੇ ਦੇਖਾਂ ਵੀ ਕਬੱਡੀਆਂ ਜੋ ਦੋਨੇ ਟੀਮਾਂ ਨੇ ਜਲਦੀ ਤੋਂ ਜਲਦੀ ਸ਼ੂਸ਼ ਤੇ ਪਧਾੜ ਦੋਨੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਸ਼ੂਸ਼ ਤੇ ਪਧਾੜ ਦਾ ਮੈਚ ਖੇਡਿਆ ਜਾਵੇਗਾ ਅਗਲੀ ਕਬੱਡੀ ਇੱਧਰ ਰਮਣੇ ਦੀ ਹੈ ਸਾਧਾਂ ਵਾਲਾ ਤੇ ਸ਼ੂਸ਼ਕ ਗੰਡਿਆਲ ਦੀਵਾਨੇ ਆ ਜਨੇਰਾਂ ਵਾਲੇ ਨੌਜਵਾਨ ਦੀ ਪਾਈ ਹੋਈ ਕਬੱਡੀ ਔਰ ਰਮਨ ਕਹਿੰਦੇ ਪਿਆਰ ਦੇ ਨਾਲ
ਪੁਆਇੰਟ ਜੋੜਦਾ ਹੋਇਆ ਜਨੇਰਾਂ ਦੀ ਟੀਮ ਲਈ ਜਨੇਰਾਂ ਦਾ ਤੇ ਮੁੱਦ ਕੀਤਾ ਮੈਚ ਮਿੱਤਰੋ ਤੇ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕ ਵੀ ਨੇ ਗੱਲਾਂ ਕਰਦੇ ਕਿ ਟੀਮਾਂ ਦੋਨੋਂ ਚੰਗੀਆਂ ਕਿਹੜਾ ਪਾਊਗਾ ਕਬੱਡੀ ਅਤੇ ਚੁੱਕ ਚੁੱਕ ਕੇ ਜਿਹਦਿਆਂ ਪੱਟਾਂ ਦੇ ਵਿੱਚ ਜਾਣ ਉਹਨੇ ਮਹੀਆਂ ਵਾਲੇ ਕਲਾਂ ਦਾ ਕਬੱਡੀ ਕੱਪ ਜਾਣਾ ਜਿੱਤ ਕੇ ਜਿਹਦਿਆਂ ਪੱਟਾਂ ਦੇ ਵਿੱਚ ਜਾਣ ਉਹਨੇ ਮਹੀਆਂ ਵਾਲੇ ਕਲਾਂ ਦਾ ਕਬੱਡੀ ਕੱਪ ਜਾਣਾ ਜਿੱਤ ਕੇ ਚਾਟ ਵਧੀਆ ਗੋਲਾ ਮੋਦੀ ਕੇ ਲਈ ਬਹੁਤ ਵਧੀਆ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਇੱਧਰ ਦੇਖਾ ਵੀ ਵਰਿੰਦਰਾ ਵਾਲ ਖੇਡ ਮੈਦਾਨ ਦੇ ਵਿੱਚ ਧਰਤੀ ਮਾਂ ਨੂੰ ਸਲਾਮ ਕਰਦਾ ਹੋਇਆ ਕਿ ਡਗਰੂ ਡਰੋਲੀ ਕੋਲੋ ਕੋਲੀ ਥੰਮਣ ਤੇ ਖਰਾਣਾ ਮੋਗੇ ਦੇ ਵਿੱਚ ਬਣ ਗਈ ਨੈਸਰ ਡੇਰੀ ਤੇ ਕੱਲਾਂ ਦੇ ਵਿੱਚ ਠਾਣਾ ਕੌਡੀਆਂ ਪਾ ਮੁੜਿਆ ਫਿਰ ਬਣ ਕੇ ਰੇਡਰ ਸਿਆਣਾ ਇਹ ਕੌਣ ਹੈ ਇਹ ਮੋਦੀ ਦੀ ਧਰਤੀ ਦਾ ਜਤਵਿੰਦਰ ਸਿੰਘ ਹੈ ਜਿਹੜਾ ਕਹਿੰਦਾ ਵੀ ਮੈਂ ਜਫਾਵਾਰਾ ਜੀਤੂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਪੁਆਇੰਟ ਜੋ ਹੈ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਜਿੱਤਦੀ ਹੈ ਮੈਂ ਰੁਕਣਾ ਜੀਤਾ ਇਸ ਸਮੇਂ ਦੇਖਾਂ ਵੀ ਮੋਦੀ ਦੇ ਵੱਲੋਂ ਕਬੱਡੀ ਕਬੱਡੀ ਦਾ ਆਗਾਜ਼ ਕਰਦਾ ਹੋਇਆ ਦੋ ਨੰਬਰ ਤੋਂ ਸਿੰਘ ਸਰਦਾਰ ਟੁੱਟ ਕੇ ਪੈ ਗਿਆ ਇਹਨੂੰ ਸੁੱਖਾ ਕਹਿੰਦੇ ਆ ਜਨੇਰਾਂ ਵਾਲਾ ਸੁੱਖਾ ਇਸ ਸਮੇਂ ਜਫਾ ਨਹੀਂ ਲਾ ਸਕਿਆ ਪੁਆਇੰਟ ਜੋ ਹੈ ਇਹ ਮਹਿਰੋ ਦੀ ਧਰਤੀ ਦਾ ਜਿੱਤਾ ਮੋਦੀ ਦੇ ਵੀ ਬਹੁਤ ਵਧੀਆ ਪੁਆਇੰਟ ਜੋੜਦਾ ਹੋਇਆ ਆ ਗੱਭਰੂ ਆ ਗਏ ਵੀ ਕਬੱਡੀ ਪੈਂਦੀ ਹੈ ਕਬੱਡੀ ਵੀ ਚੜ ਚੜ ਕੇ ਵੇਖਦੇ ਨੇ ਲੋਕ ਪੂਰੇ ਖੜ ਕੇ ਸਦਾ ਵਾਲਾ ਦੇ ਸ਼ੂਸ਼ ਨੂੰ ਇੱਕ ਮਿੰਟ ਹੋਵੇਗਾ ਜਿੰਨੀਆਂ ਕਬੱਡੀ ਓਪਨ ਦੀਆਂ ਟੀਮਾਂ ਹੁੰਦੀਆਂ ਸਾਡੇ ਪ੍ਰਬੰਧਕ ਵੀਰਾਂ ਨੂੰ ਜਲਦੀ ਤੋਂ ਜਲਦੀ ਮਿਲਣ ਆਓ ਜੀ ਅਗਲੀ ਕਬੱਡੀ ਦੇ ਨਾਲ ਜੁੜਾਂਗੇ ਆ ਨੌਜਵਾਨ ਰਮਨਜੀਤ ਸਿੰਘ ਪੂਰਾ ਨਾਮ ਪਰ ਕਬੱਡੀ ਦੇ ਵਿੱਚ ਰਮਨ ਦੇ ਨਾਂ ਨਾਲ ਜਾਣਿਆ ਜਾਂਦਾ ਜਨੇਰਾਂ ਵਾਲਾ ਰਾਣਾ ਇਸ ਕਬੱਡੀ ਪਾਉਂਦਾ ਹੋਇਆ ਕਿ ਜਿਹੜੀ ਉਹ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਜਿਹੜੇ ਮਕਾਨ ਦੀ ਨੀਂ ਜਵਾ ਦੇਗੀ ਉਹ ਝੱਟ ਵੀ ਨਹੀਂ ਤੇ ਉਹ ਪਲ ਵੀ ਨਹੀਂ ਜਿਹੜੇ ਬਾਗ ਮਾਲੀ ਬੇਈਮਾਨ ਹੋਏ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਜਿਹੜੇ ਕੌਮ ਦੀ ਗੈਰਤ ਜਵਾਬ ਦੇ ਦੇ ਉਹਦਾ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਵਾਹ ਗੱਭਰੂਆ ਇੱਧਰ ਜੰਡ ਵਾਲੀ ਹੈ ਗੋਰੇ ਦੀ ਸਰਪੰਚ ਸਾਹਿਬ ਪੈਂਦੀ ਹੋਈ ਕਬੱਡੀ ਆ ਤੇ ਦੂਜੇ ਪਾਸੇ ਜਨੇਰ ਵਾਲਾ ਕੌਣ ਹੈ ਇਹ ਜਨੇਰਾਂ ਵਾਲਾ ਘਾਲੀ ਹੈ ਜਿਹੜਾ ਕਹਿੰਦਾ ਵੀ ਮੈਂ ਲਫਾ ਮਾਰ ਕੇ ਖਾਵਾਂ ਐਨ ਕਹਿੰਦੇ ਵੀ ਲੱਕ ਦੇ ਕਲਾਵੇ ਭਰੇ ਹੋਏ ਕੜੀ ਉੱਟ ਚੱਲਦਾ ਹੋਇਆ ਪੁਆਇੰਟ ਜੋੜਦਾ ਹੋਇਆ ਹੈਲੋ ਜਨੇਰਾਂ ਦੀ ਟੀਮ ਆ ਬਈ ਦਰਸ਼ਕ ਜੋ ਤੁਹਾਨੂੰ ਪਹਿਲਾਂ ਵੀ ਅੱਗੇ ਬੋਲ ਚੁੱਕਾ ਸਾਡੇ ਜਿਹੜੇ ਐਨਆਰਆਈ ਵੀਰ ਆ ਜਿਨ੍ਹਾਂ ਦੀ ਬਦੌਲਤ ਹੈ ਕਿੱਡਾ ਵੱਡਾ ਸਟੇਡੀਅਮ ਬਣ ਕੇ ਤਿਆਰ ਹੋ ਗਿਆ ਉਹ ਸਾਨੂੰ ਹੋਰ ਮੈਂ ਸਹਾਇਤਾ ਦਿੰਦੇ ਆ ਸਾਡੇ ਵੱਡੇ ਵੀਰ ਗੁਰਮੇਲ ਸਿੰਘ ਸਿੱਧੂ ਕਨੇਡਾ ਉਹਨਾਂ ਨੂੰ 11,000 ਰੁਪਇਆ ਕਲੱਬ ਨੂੰ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੇ ਗੁਰਮੇਲ ਸਿੰਘ ਸਿੱਧੂ ਜੀ ਨੇ ਪਹਿਲਾਂ 51,000 ਰੁਪਇਆ ਸਟੇਡੀਅਮ ਦੀ ਬਿਲਡਿੰਗ ਵਾਸਤੇ ਦਿੱਤਾ ਅਤੇ 11,000 ਰੁਪਇਆ ਸਾਨੂੰ ਹੁਣ ਇਸ ਸਪੋਰਟਸ ਕਲੱਬ ਨੂੰ ਟੂਰਨਾਮੈਂਟ ਵਾਸਤੇ ਦੇ ਰਹੇ ਹਾਂ ਅਤੇ ਇਸੇ ਵਾਰ ਨੇ ਸੁਖਦੇਵ ਸਿੰਘ ਸਿੱਧੂ ਕਨੇਡਾ ਕਲਵੰਤ ਸਿੰਘ ਸਿੱਧੂ ਕਨੇਡਾ ਇਹਨਾਂ ਨੇ ਸਾਨੂੰ ਅੱਗੇ 5,500 ਰੁਪਇਆ ਇਸ ਕਲੱਬ ਦੀ ਮੈਂ ਸਹਾਇਤਾ ਕੀਤੀ ਆ ਅਤੇ 70,000 ਰੁਪਇਆ ਸਟੇਡੀਅਮ ਵਾਸਤੇ ਇਹਨਾਂ ਦੇ ਰਿਸ਼ਤੇਦਾਰਾਂ ਅਤੇ ਇਹਨਾਂ ਸਾਰਿਆਂ ਨੇ ਰਲ ਕੇ ਜਿਹਦੇ ਵਿੱਚ ਸਾਡਾ ਹਰਮਨ ਪਿਆਰਾ ਵੀਰ ਮਲਕੀਤ ਸਿੰਘ ਮੈਂਬਰ ਜੋ ਸਾਡੇ ਨਾਲ ਬਹੁਤ ਚਿਰ ਸਾਡੇ ਜਦੋਂ ਮੈਂ ਸਰਪੰਚ ਰਿਹਾ ਜਿੰਨਾ ਚਿਰ ਪਹਿਲਾਂ ਵੀ ਉਦੋਂ ਵੀ ਮੇਰੇ ਨਾਲ ਰਿਹਾ ਅਤੇ ਐਤਕੀ ਸਰਪੰਚੀ ਵਜੋਂ ਉਹਨਾਂ ਦਾ ਬੇਟਾ ਗੁਰਜੰਟ ਸਿੰਘ ਸਾਡੇ ਨਾਲ ਰਿਹਾ ਇਹਨਾਂ ਸਾਰਿਆਂ ਪਰਿਵਾਰਾਂ ਨੇ 70,000 ਰੁਪਇਆ ਦਿੱਤਾ ਸੋ ਐਨਆਰਆਈ ਵੀਰ ਜਿਹੜੇ ਸਾਡੀ ਸਮੇਂ ਸਮੇਂ ਸਿਰ ਸਹਾਇਤਾ ਇੰਨੀ ਕਰਦੇ ਆ ਇਹਨਾਂ ਦਾ ਅਸੀਂ ਕੋਟ ਕੋਟ ਧੰਨਵਾਦ ਕਰਦੇ ਹਾਂ ਸਾਡੇ ਕੋਲ ਸ਼ਬਦ ਨਹੀਂ ਕਹੇ ਇਹਨਾਂ ਦਾ ਕਿਹੜੇ ਸ਼ਬਦ ਦਾ ਧੰਨਵਾਦ ਕਰੀਏ ਅਤੇ ਨਾਲ ਦੀ ਨਾਲ ਮੈਂ ਬੇਨਤੀ ਕਰ ਦੇਣਾ ਜਿਹਨੇ ਸਾਰੇ ਐਨਆਰਆਈ ਵੀਰ ਆਏ ਆ
ਵੀਰੋ ਸਾਹਿਬ ਬਣ ਕੇ ਤੁਸੀਂ ਬਦੌਲਤ ਤੇ ਕੁਛ ਕਰਨ ਵਾਲਿਆਂ ਦੀ ਬਦੌਲਤ ਅਸੀਂ ਆ ਕੁਛ ਕਰਤਾ ਭਗਤ ਬਾਬਾ ਦੁਨੀ ਦੀ ਕਿਰਪਾ ਨਾਲ ਦੁਨੀ ਚੰਦ ਜੀ ਦੀ ਕਿਰਪਾ ਨਾਲ ਅਸੀਂ ਤੁਹਾਡਾ ਪੈਸਾ ਐਨ ਪੂਰੀ ਸਹੀ ਤਰ੍ਹਾਂ ਲਾਇਆ ਸਾਡੀ ਵੀ ਰੂਹ ਖੁਸ਼ ਹੋ ਗਈ ਤੁਹਾਡੀ ਵੀ ਹੋ ਗਿਆ ਹੁਣ ਕਿਰਪਾ ਕਰੋ ਇਹਦਾ ਉੱਪਰਲਾ ਪੋਰਸ਼ਨ ਬਣਾਉਣਾ ਹੈ ਉਹਦੇ ਵਾਸਤੇ ਕਿਰਪਾ ਤੁਸੀਂ ਕਰਨੀ ਹੈ ਤੇ ਕੁਛ ਕਰਾਂਗੇ ਰਲ ਮਿਲ ਕੇ ਹਮਲਾ ਮਾਰ ਕੇ ਆ ਜਿਹੜੀਆਂ ਚਾਨਣੀਆਂ ਲੱਗੀਆਂ ਮੈਨੂੰ ਟੈਂਟ ਹਾਊਸ ਵਾਲਾ ਵਿਚਾਰਾ ਕਹਿ ਰਿਹਾ ਸੀ ਮੇਰੀਆਂ ਨਵੀਆਂ ਚਾਨਣੀਆਂ ਸਰੀ ਅੜ ਅੜ ਕੇ ਪਾੜੀ ਆਉਂਦੀਆਂ ਉਹਨੇ ਬੜੀ ਕੁਰਬਾਨੀ ਕੀਤੀ ਆ ਉਹਦਾ ਵੀ ਧੰਨਵਾਦ ਕਰਦਾ ਤੇ ਆਪੇ ਚਾਨਣੀਆਂ ਸਰੀਏ ਨਹੀਂ ਵੱਜਦੇ ਨੇ ਅਗਲੀ ਵਾਰ ਇਹ ਬੜੇ ਤਿਆਰ ਕਰ ਦੇਣਾ ਥੋੜਾ ਜਿਹਾ ਇੱਧਰ ਵੀ ਖਿਆਲ ਰੱਖੋ ਧੰਨਵਾਦ ਜਨੇਰਾ ਦੇ ਪੁਆਇੰਟ ਨੇ 13.5 ਮੁਦਗੀ ਦੇ ਪੁਆਨੇ 16 ਇਹਦੇ ਵਿੱਚੋਂ ਮੁਦਗੀ ਦੀ ਟੀਮ ਜਿੱਤ ਚੁੱਕੀ ਹੈ ਹੁਣ ਮੈਂ ਬੇਨਤੀ ਕਰਾਂ ਸਾਡਾ ਵੀਰ ਕਬੱਡੀ ਦਾ ਬਹੁਤ ਵਧੀਆ ਬੁਲਾਰਾ ਸਾਡਾ ਜ਼ਿੰਦਗੀ ਦਾ ਪਰਮਿਤ ਰਿੰਪੀ ਬਰਾੜ ਗੱਜਣ ਵਾਲੀ ਆ ਤੁਹਾਡੇ ਦਿਲ ਦੇ ਦਰਸ਼ਕ ਦੇਣ ਵਾਲਾ ਉਹੀ ਨੌਜਵਾਨ ਪੰਜਾਬੀ ਮਾਂ ਬੋਲਾਂ ਦੀ ਸੇਵਾ ਕਰਨ ਵਾਲਾ ਰਿੰਪੀ ਬਰਾੜ ਗੱਜਣ ਵਾਲੀ ਆ ਹੈਲੋ ਆ ਜਿਹੜੇ ਏ ਟੀਮਾਂ ਦੇ ਖਿਡਾਰੀ ਮੇਰੇ ਬਾਹਰੋਂ ਆਏ ਸਾਨੂੰ ਪਤਾ ਲੱਗਾ ਉਹਨਾਂ ਨੇ ਐਂਟਰ ਨਹੀਂ ਕੀਤਾ ਟੀਮਾਂ ਅੱਜ ਮੇਰੇ ਵੀਰ ਬਾਈ ਹੁਣ ਬਹੁਤ ਟਾਈਮ ਹੋ ਗਿਆ ਆਪਾਂ ਏ ਟੀਮਾਂ ਦੇ ਜੰਗੀ ਪੱਧਰ ਵਾਲੇ ਜਿਹੜੇ ਮੈਚ ਅੱਜ ਇਹਨਾਂ ਨੂੰ ਲੋਕ ਬੈਠ ਕੇ ਆਰਾਮ ਨਾਲ ਵੇਖਣਾ ਚਾਹੁੰਦੇ ਆ ਇੰਤਜ਼ਾਰ ਕਰ ਰਹੇ ਆ ਉਹਨਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਕਰ ਦਈਏ ਤੋ ਆਪਣੀਆਂ ਟਾਈਮ ਐਂਟਰ ਕਰਾ ਦਿਓ ਟਾਈਆਂ ਕੱਢ ਕੇ ਮੈਚ ਆਪਾਂ ਸ਼ੁਰੂ ਕਰ ਦਈਏ ਤੋ ਸਾਡੀ ਇਹ ਬੇਨਤੀ ਆ ਪ੍ਰਵਾਨ ਕਰੋ ਜੀ ਜਲਦੀ ਤੋਂ ਜਲਦੀ ਟੀਮਾਂ ਐਂਟਰ ਕਰਾ ਕੇ ਮੈਚ ਸ਼ੁਰੂ ਕਰਾਈਏ ਧੰਨਵਾਦ ਕਰਦੇ ਆ ਬੁਲੰਦੀ ਗੋਪੀਪੁਰੀਆ ਗੋਪੀ ਬੁਲੰਦੀਪੁਰੀਆ ਤੇ ਸੁਖਮਨ ਚੋਲਾ ਭਾਈ ਉਹ ਬੜਾ ਦਰਸ਼ਨੀ ਜਵਾਨ ਆ ਜਦੋਂ ਤੁਸੀਂ ਉਹਨੂੰ ਤੱਕੋਗੇ ਨਾ ਤੁਹਾਡੀ ਰੂਹ ਖੁਸ਼ ਹੋ ਜੂਗੀ ਮਹਾਰਾਜ ਨੇ ਬਹਿ ਕੇ ਬਣਾਇਆ ਤੇ ਜਾਨ ਵੀ ਉਹਦੇ ਚ ਹੱਥ ਹੀ ਜਰੀ ਆ ਉਹ ਵੀ ਇੱਥੇ ਆ ਗਿਆ ਦੀਵਾਨੇ ਦੀਵਾਨੇ ਪਿੱਛੋਂ ਵਾਲੇ ਸ਼ੀਰਾ ਕਿ ਕੁਨੀ ਦੀਵਾਨੇ ਤੇ ਕੰਡਿਆ ਇਹ ਸਾਰੇ ਭਾਈ ਜਿਹੜੇ ਵਰਲਡ ਕੱਪ ਦੇ ਖਿਡਾਰੀ ਆ ਬੜੀ ਮਿਹਨਤ ਨਾਲ ਲੈ ਕੇ ਆਏ ਭਰਾਵੋ ਮਹੀਨਾ ਹੋ ਗਿਆ ਸਾਨੂੰ ਭੱਜ ਨੱਸ ਕਰਦੇ ਨੂੰ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਇਹਨਾਂ ਬਹੁਤ ਬਹੁਤ ਧੰਨਵਾਦ ਤੇ ਪਤ ਬਾਬਾ ਦੁਨੀ ਚੰਦ ਜੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵੇ ਅਸੀਂ ਵੀ ਇਹ ਸਾਡੀ ਰੂਹ ਖੁਸ਼ ਕਰ ਦੇਣਾ ਅਸੀਂ ਵੀ ਇਹਨਾਂ ਦੀ ਰੂਹ ਖੁਸ਼ ਕਰਕੇ ਘੱਲਣਾ ਜੋ ਇਹਨਾਂ ਕੁਛ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਨੇ ਮੈਨੂੰ ਪਤਾ ਲੱਗਾ ਜੋਗੇ ਵਾਲਾ ਜਿਹੜਾ ਨਾਂ ਕੀ ਜੋਗੇ ਵਾਲਾ ਗਗਨਾ ਜਿਹੜਾ ਆਪਣੇ ਨੇੜੇ ਤੇੜੇ ਬਹੁਤ ਮਸ਼ਹੂਰ ਆ ਤਕੜਾ ਜਾਫੀ ਆ ਜਿਹੜਾ ਇੱਥੋਂ ਮੋਟਰਸਾਈਕਲ ਲੈ ਕੇ ਗਿਆ ਜੇ ਤੋਂ ਉਹ ਵੀ ਪਹੁੰਚ ਗਿਆ ਬਹੁਤ ਤਗੜੀਆਂ ਟੀਮਾਂ ਇੱਥੇ ਪਹੁੰਚ ਗਈਆਂ ਪੁਲਿਸ ਕਰਮਚਾਰੀ ਆ ਗਏ ਆ ਤਿੰਨਾਂ ਜ਼ਿਲ੍ਹਿਆਂ ਦੇ ਪੁਲਿਸ ਵੀ ਮੰਗਾਈ ਆ ਤੇ ਸਾਡੇ ਬਾਰੇ ਤਿਆਰ ਆ ਤੇ ਮੇਰੇ ਵੀਰ ਜਦੋਂ ਤੁਸੀਂ ਇੱਥੇ ਖੜੇ ਆ ਤੇ ਪਿੱਛੋਂ ਹੂਟਿੰਗ ਹੋ ਜਾਂਦੀ ਆ ਪੌੜੀਆਂ ਤੋਂ ਤੁਸੀਂ ਕਿਰਪਾ ਕਰਕੇ ਹੁਣ ਆਪਦੀਆਂ ਪੌੜੀਆਂ ਮੰਨ ਦੇ ਆਰਾਮ ਨਾਲ ਬਹਿ ਜਾਓ ਜਾਲੀ ਦੇ ਨਾਲ ਅਸੀਂ ਕਿਸੇ ਨੂੰ ਖੜਨ ਨਹੀਂ ਦੇਣਾ ਹੈਲੋ ਹੈਲੋ
ਜੋ ਦਾਤਾ ਦੇ ਭਗਤ ਸੂਰਮੇ ਜਿਉਂਦੇ ਜਗ ਰਹਿੰਦੇ ਨੇ, ਮਹੀਆਂ ਤੇ ਲੱਗਦੇ ਮੇਲੇ ਲੋਕੀ ਨਾ ਲੈਂਦੇ ਨੇ, ਮੜੀਆਂ ਤੇ ਲੱਗਦੇ ਮੇਲੇ ਲੋਕੀ ਨਾ ਲੈਂਦੇ ਨੇ। ਸੋ ਅੱਜ ਭਗਤ ਬਾਬਾ ਦੁਨੀ ਚੰਦ ਦੀ ਇਹ ਪਾਵਨ ਪਵਿੱਤਰ ਧਰਤੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਧਰਤੀ ਦਾ ਮਾਣ ਮਤਾ ਪਿੰਡ ਹੈ, ਜਾਣੇ ਪਹਿਚਾਣੇ ਕਸਬੇ ਜੀਰਾ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ। ਸੋ ਆਓ ਇਧਰਲੇ ਬੰਨੇ ਜਗ੍ਹਾ ਨੌਜਵਾਨ, ਦੀਵਾਨਿਆਂ ਦੀ ਧਰਤੀ ਪੈਂਦੀ ਕਬੱਡੀ, ਆਓ ਸਾਹਮਣੇ ਕੰਡਿਆਲ ਵੀ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ, ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਧੁੱਪ, ਔਰ ਸਾਹਮਣੇ ਜ਼ੋਰਾਵਰ ਸਰੀਰਾਂ ਦੇ ਮਾਲਕ ਦੂਜੇ ਨੂੰ ਮੰਗਾ ਰਹੇ ਨੇ। ਵਾਹ ਸੁਣਿਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਸਾਹਮਣੇ ਨੌਜਵਾਨ ਕਾਲਾ ਕੜਿਆਲ ਦਾ ਕਬੱਡੀ ਪਾਉਂਦਾ ਹੋਇਆ, ਵਾਹ ਸ਼ਕੀਨਾ ਕੰਡਿਆਲ ਤੇ ਦੀਵਾਨੇ ਹਠੂਰ ਦੇ ਬਿਲਕੁਲ ਲੱਗੇ ਨਗਰ ਖੇੜਾ ਦੀਵਾਨੇ ਔਰ ਜ਼ਿਲ੍ਹਾ ਬਰਨਾਲਾ ਦੀ ਧਰਤੀ ਦੇਖਦੇ ਹਾਂ ਵੀ ਇੱਕ ਬੰਨੇ ਕੰਡਿਆਲ ਸੜਕ ਵਾਲੇ ਪਾਸੇ ਪਿੰਡ ਔਰ ਦੀਵਾਨੇ ਪਿੰਡ ਵਾਲੇ ਪਾਸੇ ਨੀ ਮੈਂ ਦੀਵਾਨੇ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚਲੀ ਗਏ ਕਿ ਮੋਟਰ ਮਿੱਤਰਾਂ ਦੀ ਔਰ ਦੇਖਦੇ ਹਾਂ ਸਾਹਮਣੇ ਨੌਜਵਾਨ ਦੀਵਾਨੇ ਦੀ ਦੀਵਾਨਗੀ ਔਰ ਸਾਹਮਣੇ ਕੰਡਿਆਲ ਵੀ ਦਿੰਦੇ ਨੇ ਪ੍ਰਵਾਨਗੀ। ਸਮਾਂ ਦੱਸੇਗਾ ਬਾਹਰ ਨੌਜਵਾਨਾਂ ਗੋਰਾ ਤਿਲਕਦਾ ਹੋਇਆ ਹੱਥ ਜੋ ਤਿਲਕਦਾ ਜਾਵੇ। ਹੈਲੋ ਹਾਂਜੀ ਹਾਂਜੀ ਓਪਨ ਪਿੰਡ ਪਰ ਓਪਨ ਟੀਮਾਂ ਦੀਆਂ ਅਸੀਂ ਟਾਈਆਂ ਕੱਢਣ ਲੱਗੇ ਹਾਂ ਤੇ ਉਹ ਸਟੇਜ ਦੇ ਪਿਛਲੇ ਪਾਸੇ ਜਿਹੜਾ ਕਮਰਾ ਗਰਾਊਂਡ ਦੇ ਸਟੇਜ ਦੇ ਜਿਹੜਾ ਹੈ ਕਮਰਾ ਪਿਛਲੇ ਪਾਸੇ ਦੀ ਅੱਗੋਂ ਦੀ ਨੌਨ ਖਿਡਾਰੀ ਵੀਰ ਪਿਛਲੇ ਪਾਸੇ ਦੀ ਕਮਰੇ ਦੇ ਵਿੱਚ ਆ ਜਾਣ, ਟਾਈਆਂ ਅਸੀਂ ਕੱਢਣੀਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਖਿਡਾਰੀ ਇੱਕ ਟੀਮ ਦਾ ਇੱਕ ਖਿਡਾਰੀ ਪਿਛਲੇ ਪਾਸੇ ਕਮਰੇ ਦੇ ਆ ਜਾਵੇ। ਜੋ ਪਿੰਡਾਂ ਦੀ ਧਰਤੀ ਦਾ ਨੌਜਵਾਨ ਔਰ ਖੇਡਦਾ ਕੜਿਆਲ ਵੱਲੋਂ ਆਵਾਜ਼ ਸੁਣਿਆ ਰੀਸਾਂ ਇੱਕ ਬੰਨੇ ਦੇਖਦੇ ਹੈ ਵੀ ਨੌਜਵਾਨ ਬਰਨਾਲੇ ਦਾ ਜੋ ਪ੍ਰੋਟੈਕਟ ਦੀ ਕੋਸ਼ਿਸ਼ ਕਰਦਾ ਹੈ। ਇਧਰਲੇ ਬੰਨੇ ਦੇਖਦੇ ਹਾਂ ਵੀ ਜਗ੍ਹਾ ਦੀਵਾਨਿਆਂ ਵਾਲਾ ਕੌਡੀ ਪਾਉਂਦਾ ਹੋਇਆ, ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋ ਕੇ ਕੌਡੀ ਖੇਡਦਾ। ਸੋ ਅੱਜ ਬਾਬਾ ਦੁਨੀ ਚੰਦ ਸਪੋਰਟਸ ਕਲੱਬ ਵੱਲੋਂ ਬਹੁਤ ਹੀ ਖੂਬਸੂਰਤ ਇੱਕ ਕਬੱਡੀ ਕੁੰਭ ਦਾ ਆਗਾਜ਼ ਜੋ ਕੀਤਾ ਉਹਦੇ ਲਾਸਟ ਫਾਈਨਲ ਦਿਨ ਤੇ ਦੁਨੀਆ ਦੇ ਉੱਚ ਕੋਟੀ ਦੇ ਧਾਵੀ ਔਰ ਬੜੇ ਆਲੇ ਦਰਜੇ ਦੇ ਜਾਫੀ ਤੁਹਾਡੀ ਨਜ਼ਰ ਤੇ ਜਾਣਗੇ ਔਰ ਦੇਖਦੇ ਹੈ ਲਿਸ਼ਕਦੀ ਧੁੱਪ ਔਰ ਦਰਗਾਹ ਦਾ ਠਾਠਾ ਮਾਰਦਾ ਇਹ ਕੱਟ ਹੈ, ਇਸ ਗੱਲ ਦੀ ਗਵਾਹੀ ਭਰਦਾ ਕਿ ਮਹੀਆਂ ਵਾਲਾ ਕਰਾਂ ਦਾ ਇਹ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਕਬੱਡੀ ਦੇ ਨਾਲ ਬੇਪਨਾ ਜਿਹੜਾ ਮੁਹੱਬਤ ਦਾ ਜੋੜ ਹੈ ਉਹਦੇ ਵਿੱਚ ਆਏ ਵਰੇ ਤੁਸੀਂ ਇਜਾਵਾ ਕਰਦੇ ਹੋ ਰੱਬ ਵਰਗੇ ਸੁਖੀਰੋ ਔਰ ਸਮੁੱਚੇ ਪ੍ਰਬੰਧ ਵੀਰ ਵਧਾਈ ਦੇ ਹੱਕਦਾਰ ਨੇ। ਹਾਂਜੀ 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 ਵੀਰੋ ਆ ਜਿਹੜੀਆਂ ਓਪਨ ਟੀਮਾਂ ਸਾਡੇ ਕੋਲ ਐਂਟਰ ਹੋਈਆਂ ਹੈਲੋ ਹੈਲੋ ਉਹਨਾਂ ਦੀਆਂ ਜੀ ਟਾਈਆਂ ਕੱਢਣ ਜਾ ਰਹੇ ਕੋਈ ਗੱਲਬਾਤ ਨੀ ਫਿਰ ਵੀ ਅਸੀਂ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਖਿਡਾਰੀ ਸਟੇਜ ਦੇ ਮਗਰਲੇ ਪਿੱਛੇ ਜਿਹੜਾ ਕਮਰਾ ਹੈ ਸਟੇਜ ਦੇ ਸੱਜੇ ਹੱਥ ਇੱਥੇ ਪਹੁੰਚ ਜਾਣ, ਇੱਕ ਖਿਡਾਰੀ ਵੀਰ ਇੱਥੇ ਪਹੁੰਚ ਜਾਏ ਬਾਅਦ ਵਿੱਚ ਕਿਸੇ ਦਾ ਕੋਈ ਇਤਰਾਜ਼ ਨਹੀਂ ਸੁਣਿਆ ਜਾਣਾ ਵੈਸੇ ਕਿਸੇ ਨਾਲ ਕੋਈ ਪੱਖਪਾਤ ਨਹੀਂ। ਬਾਲ ਸਿੰਘ ਸੰਧਾਰਾ
ਮਹਾਰਾਜ ਦੀ ਬਖਸ਼ ਹੋਈ। ਸਰਦਾਰੀ ਸਿੱਖ ਸਰੂਪ ਦੇ ਵਿੱਚ ਨੌਜਵਾਨ ਜਾਫੀ ਨੇ ਬਹੁਤ ਵਧੀਆ ਸ਼ਿਕਾਰ ਕੀਤਾ ਹੈ। ਆਓ ਇਧਰਲੇ ਬੰਨੇ ਦੇਖੇ। ਹੈਲੋ, ਹਾਂਜੀ, ਆ ਮੈਂ ਯਾਦ ਭੁੱਲ ਗਿਆ, ਮੇਰੇ ਐਨਆਰਆਈ ਵੀਰ ਵੱਡੇ ਵੀਰ ਰਮੇਸ਼ ਸਿੰਘ ਸਿੱਧੂ ਨੇ ਇੱਕ ਹੋਰ ਮਾਇਆ ਦਾਨ ਕੀਤਾ ਜੋ ਉਹਨਾਂ ਦਾ ਬਹੁਤ ਪ੍ਰੇਮੀ ਆ, ਜੋਗਾ ਸਿੰਘ ਨਿੱਜਰ ਕੈਨੇਡਾ। ਉਹਨੇ ਸਾਨੂੰ ਪਿਛਲੇ ਵਾਰ ਬਹੁਤ ਪੈਸੇ ਦਿੱਤੇ ਸੀ। ਜੋਗਾ ਸਿੰਘ ਨਿੱਜਰ ਕੈਨੇਡਾ 3005 ਰੁਪਏ ਉਹਨਾਂ ਵੱਲੋਂ ਸਾਡੀ ਕਲੱਬ ਨੂੰ ਦਿੱਤੇ ਜਾਂਦੇ ਆ। ਕੋਟ ਕੋਟ ਧੰਨਵਾਦ ਹੋਵੇ ਨਿੱਜਰ ਸਾਹਿਬ, ਬਾਈਦੂ ਸਾਹਿਬ ਦਾ। ਪ੍ਰਵਾਸੀ ਭਰਾਵਾਂ ਦੇ ਸਹਿਯੋਗ ਦੇ ਨਾਲ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਚੱਪੇ ਚੱਪੇ ਦੇ ਜਿਹੜੇ ਵੀ ਇਹ ਖੇਡਾਂ ਹੋ ਰਹੀਆਂ, ਚਾਹੇ ਸੱਭਿਆਚਾਰਕ ਮੇਲੇ ਨੇ, ਚਾਹੇ ਹੋਰ ਸਮਾਜ ਸੇਵਾ ਦੇ ਕੰਮ ਨੇ, ਪ੍ਰਵਾਸੀ ਵੀਰਾਂ ਦੇ ਸਹਿਯੋਗ ਦੇ ਨਾਲ, ਕਿਉਂਕਿ ਆਰਥਿਕ ਪੱਖੋਂ ਬਹੁਤ ਵੱਡਾ ਸਹਾਰਾ ਤੁਹਾਡਾ, ਜਿੱਥੇ ਤੁਸੀਂ ਤਨ ਮਨ ਦੇ ਨਾਲ ਸਹਾਇਤਾ ਕਰਦੇ ਹੋ ਤੇ ਧਨ ਦੇ ਨਾਲ, ਤੁਹਾਡੀਆਂ ਬਹੁਤ ਵੱਡੀਆਂ ਸੇਵਾਵਾਂ ਨੇ। ਜਿਉਂਦੇ ਰਹੋ ਪ੍ਰਵਾਸੀ ਮਿੱਤਰੋ। ਸੁਆਓ ਸਮੇਂ ਸਮੇਂ ਗਾ ਸਿਰ ਸਾਰਿਆਂ ਸੱਜਣਾਂ ਦੇ ਜੇ ਦੇਖੇ ਜੋਖੇ ਕਰਦੇ ਹਾਂਗੇ। ਪਹਿਲਾਂ ਦੇਖਦੇ ਹਾਂ ਵੀ ਨੌਜਵਾਨ ਦੀਵਾਨੇ ਪਿੰਡ ਵਾਲੇ ਦੀ ਪਾਈ ਹੋਈ ਕਬੱਡੀ, ਜਿਹੜਾ ਲੁਧਿਆਣਾ ਦੇ ਮਸ਼ਹੂਰ ਪਿੰਡ ਹਠੂਰ ਦੇ ਲਈ ਵਸਿਆ ਦੀਵਾਨਾ, ਦੀਵਾਨਾ ਜ਼ਿਲ੍ਹਾ ਸੰਗਰੂਰ ਪਿੰਡ ਸੀ, ਔਰ ਫਿਰ ਨਵੇਂ ਬਣੇ ਜਿਹੜੇ ਬਰਨਾਲਾ ਦੇ ਹਿੱਸੇ ਵਿੱਚ ਇਸ ਪਿੰਡ ਦੀਆਂ ਜਿਹੜੀਆਂ। ਹਾਂਜੀ, ਆ ਬਈ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਸਪੋਰਟਸ ਕਲੱਬ ਚੁਲਾ। ਅਸੀਂ ਉੱਥੇ ਗਏ ਸੀ ਵੀ ਸਾਡਾ ਇਹਨਾਂ ਨੇ ਬਹੁਤ ਮਾਣ ਸਨਮਾਨ ਕੀਤਾ ਹੈ। ਅੱਜ ਸਾਡਾ ਵੀ ਬਣਦਾ ਹੈਗਾ ਇਹਨਾਂ ਦਾ ਮਾਣ ਸਨਮਾਨ ਕਰਨਾ। ਸੋ ਸਪੋਰਟਸ ਕਲੱਬ ਵਾਲੇ ਵੀਰੋ, ਥੋੜ੍ਹਾ ਜਿਹਾ ਤੁਸੀਂ ਵੀ ਧਿਆਨ ਰੱਖਿਆ ਕਰੋ, ਮੇਰੇ ਕਲਚਰ ਨਾਲ ਭਾਰ ਪਾਇਆ ਕਰੋ। ਉਹ ਵੀ ਇੱਥੇ ਮੇਰੇ ਵੀਰ ਆਏ ਆ, ਉਹਨਾਂ ਨੂੰ ਪਿਆਰ ਦੇ ਨਾਲ ਜਾ ਕੇ ਉੱਥੇ ਸਟੇਜ 'ਤੇ ਪਾਓ। ਧੰਨ ਧੰਨ ਬਾਬਾ ਤਾਰਾ ਸਿੰਘ ਜੀ ਸਪੋਰਟਸ ਕਲੱਬ ਚੋਲਾ। ਉਹ 1100 ਰੁਪਈਆ ਸਾਡੀ ਇਸ ਕਲੱਬ ਨੂੰ ਸਹਾਇਤਾ ਦਿੰਦੇ ਆ। ਅਸੀਂ ਇਹ ਜਿਹੜੇ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਸਪੋਰਟਸ ਕਲੱਬ ਚੋਲਾ ਔਜਾਰਾ ਜਿਹੜੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜੀਆਂ ਕਹਿੰਦੇ ਹਾਂ, ਅਤੇ ਇਹਨਾਂ ਦਾ ਜੋ ਸਨਮਾਨ ਆ ਉਹ ਅਸੀਂ ਕਰਦੇ ਹਾਂ। ਧੰਨਵਾਦ। ਜੱਗਾ ਜੰਮਿਆਂ ਤੇ ਮਿਲ ਵਧਾਈਆਂ, ਵੱਡਾ ਹੋ ਕੇ ਕੌੜੀ ਖੇਡਦਾ। ਔਰ ਸ਼ੀਨ ਮਾਂ ਦਾ ਬੱਬਰ ਸ਼ੇਰ ਦਲੇਰ ਪੁੱਤ ਦੇਖ ਰਹੇ ਹੈ ਵੀ ਅੱਗੇ ਦੀ ਕਬੱਡੀ ਫੇਰ ਜ਼ੋਰਾਵਰਾਂ ਨੇ ਪਾਈ ਹੈ। ਔਰ ਗੁਰਜੀਤ ਜੱਦੀ ਪਿੰਡ ਸਲੀਨ ਨੌਜਵਾਨ ਦਾ ਵੇਖਦੇ ਵੀ ਕਤੂਤ ਪਿਆ ਗੁਰਜੀਤ ਕਬੱਡੀ ਜਗਤ ਦੇ ਵਿੱਚ ਬਹੁਤ ਮਸ਼ਹੂਰ ਹੋਇਆ। ਔਰ ਸਾਰਾ ਵਾਲਾ ਸ਼ੂਸ਼ਕ ਅੱਗੇ ਪੇਪਰ ਹੈ, ਸੋ ਸਮੇਂ ਸਿਰ ਖਿਡਾਰੀਆਂ ਮੈਚ ਖੇਡ ਕੇ ਪੇਪਰ ਦੇਣਾ, ਇਸ ਕਰਕੇ ਬੇਨਤੀ ਹੈ ਸ਼ੂਸ਼ਕ ਤੇ ਸਾਧਾ ਵਾਲਾ ਇਹ ਟੀਮਾਂ ਜਿਹੜੀਆਂ ਗਰਾਊਂਡਾਂ ਦੇ ਵਾਲੇ ਵੀ ਨੇੜੇ ਤੇੜੇ ਰਹਿਣ। ਸੋ ਆਓ ਇਧਰਲੇ ਬੰਨੇ ਦੇਖਦੇ ਹਾਂ ਵੀ ਨੌਜਵਾਨ ਜਗ੍ਹਾ ਫਿਰ ਕਬੱਡੀ ਪਾਉਂਦਾ ਹੋਇਆ, ਆਵਾਜ਼ ਸੁਣਿਆ ਨਹੀਂ ਸੰਗ ਬਰੂਦੀਆਂ, ਔਰ ਨਿੱਕੇ ਨਿੱਕੇ ਕਦਮ ਪੁੱਟਦਾ ਹੋਇਆ ਵਾਪਸ ਗੁਰਮੁਖ ਸੋਢੀ ਵਾਲੇ ਦੀ ਵਿਸਲ ਦਾ ਇਸ਼ਾਰਾ, ਔਰ ਜਿਹੜਾ ਨੌਜਵਾਨ ਦੇ ਹਿੱਸੇ ਦੇ ਵਿੱਚ ਹੈ। ਸੋ ਆਓ ਇਧਰਲੇ ਬੰਨੇ ਨੌਜਵਾਨ ਫਿਰ ਕੌਡੀ ਕੌਡੀ ਕਰਦਾ ਹੋਇਆ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ। ਹੈਲੋ ਜੋਤ, ਹਾਂਜੀ ਪਿੰਡ ਕਬੱਡੀ ਜਗਤ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਪਿੰਡਰ ਕਲਾਂ ਦਾ, ਇੱਕ ਨਹੀਂ ਅਨੇਕਾਂ ਜ਼ੋਰਾਵਰ ਯੋਧੇ ਦਿੱਤੇ ਨੇ ਕਬੱਡੀ ਦੇ ਇਤਿਹਾਸ ਦੇ ਵਿੱਚ, ਜਦ ਵੀ ਜ਼ਿਕਰ ਆਵੇਗਾ। ਔਰ ਸੰਜਣੀ ਆਬਾਦੀ ਵਾਲੇ ਨਗਰ ਖੇਡਿਆ ਨੇ ਕਬੱਡੀ ਨੂੰ, ਬਹੁਤ ਉੱਚ ਕੁੱਟੀ ਦੇ ਪਲੇਅਰ ਦਿੱਤੇ ਨੇ, ਕਦੇ ਅਸ ਬਿੱਲਾ ਔਰ ਸੀਰਾ ਪਿੰਡ। ਹਾਂਜੀ,
ਡੈਵਿਸ ਸਪੋਰਟਸ ਕਲੱਬ ਆਇਓ, ਚੋਲੇ ਚਾਲੇ ਆਪਦੇ ਤਿਆਰ ਕਰੋ, ਮਾਇਆ ਦਾ ਗਬਾੜ ਆਉਣ ਲੱਗ ਪਿਆ, ਖੁੱਲੇ ਗੱਬੇ ਮਾਇਆ ਦੇ ਤੁਹਾਨੂੰ ਮਿਲਣਾ। ਸੋ ਹੁਣ ਮੇਰਾ ਵੀਰ ਦਿਆਲ ਸਿੰਘ ਸਰਪੰਚ ਚੋਲਾ, ਉਹ ਆਪਣੇ ਗੱਡੀ ਨੰਬਰ 91 ਦੀ ਨੇਕ ਕਟਾਈ ਵਿੱਚੋਂ, ਨੇਕ ਕਮਾਈ ਵਿੱਚੋਂ 2000 ਸਾਡੇ ਇਸ ਕਲੱਬ ਨੂੰ ਦਿੰਦੇ ਆ। ਹਰਦਿਆਲ ਸਿੰਘ ਸਰਪੰਚ ਚੋਲਾ ਗੱਡੀ ਨੰਬਰ 91, ਉਹਦੀ ਨੇਕ ਕਮਾਈ ਵਿੱਚੋਂ 2000 ਸਾਡੇ ਇਸ ਕਲੱਬ ਨੂੰ ਦਿੰਦੇ ਆ। ਅਸੀਂ ਉਹਨਾਂ ਦਾ ਤਹਿ ਦਿਲ ਧੰਨਵਾਦ ਕਰਦੇ ਹਾਂ ਅਤੇ ਬਾਬਾ ਜੀ ਅੱਗੇ ਬੇਨਤੀ ਕਰਦੇ ਹਾਂ, ਮਹਾਰਾਜ ਇੱਕ ਤੋਂ ਦੋ ਬਣਾ ਦਿਓ, ਅਗਲੀ ਵਾਰ 4000 ਦੇਊਗਾ। ਸੋ ਇਹ ਕਿਰਪਾ ਕਰ ਦੇਣੀ ਅਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਦੇ। ਨਾਲ ਇੱਕ ਵਾਰੀ ਓਪਨ ਲੋਕੇ ਤੇ ਡਗਰੂ, ਲੋਕੇ ਤੇ ਡਗਰੂ ਬੁੱਕਣ ਵਾਲਾ ਵਾਸੇ ਵਾੜਾ ਚੈਂਸ ਵਾਲਾ ਤੇ ਜਨੇਰ ਨੇ ਖੇਡਣਾ ਸੁਰ ਸਿੰਘ ਵਾਲਾ ਦੇ ਨਾਲ। ਕਬੱਡੀ ਓਪਨ ਦੇ ਜਿਹੜੇ ਮੈਚ ਨੇ ਉਹ ਅਨਾਊਂਸ ਕੀਤੇ ਹੈ, ਲੋਕਿਆਂ ਨੇ ਖੇਡਣਾ ਜੀ ਡਗਰੂ ਨਾਲ, ਟੀਮਾਂ ਤਿਆਰ ਪਰ ਤਿਆਰ ਰਹਿਣ, ਬੁੱਕਣ ਵਾਲਾ ਵਾੜਾ ਚੈਂਸ ਸਿੰਘ ਵਾਲੇ ਨਾਲ ਤੇ ਜਨੇਰ ਸੁਰ ਸਿੰਘ ਵਾਲਾ ਦੇ ਨਾਲ। ਅਗਲੀਆਂ ਟੀਮਾਂ ਜਿਹਨਾਂ ਨੇ ਮੈਚ ਖੇਡਣਾ ਸਾਈਡ ਤੇ ਬਾਉਂਡਰੀ 'ਚ ਤੁਸੀਂ ਬੈਠ ਜਾਣਾ, ਗਰਾਊਂਡ ਦੇ ਵਿੱਚ ਜ਼ਿਆਦਾ ਹੋਰਾ ਫੇਰਾ ਨਹੀਂ ਕਰਨਾ। ਸੋ ਬੇਨਤੀ ਹੈ ਪਹਿਲੇ ਪੁਲਿਸ ਕਲੱਬ ਵੱਲੋਂ ਤੁਹਾਨੂੰ ਦੱਸਿਆ ਜਾਂਦਾ ਵੀ ਗਰਾਊਂਡ ਦੇ ਸਾਈਡ ਤੇ ਬਾਉਂਡਰੀ 'ਚ ਇੱਕ ਸਾਈਡ ਤੇ ਤੁਸੀਂ ਬੈਠਣਾ, ਜਿਹੜੀਆਂ ਵੀ ਟੀਮਾਂ ਨੇ ਅਗਲੇਰੇ ਮੈਚ ਖੇਡਣੇ ਆ ਸਮੇਂ ਸਿਰ ਟੀਮਾਂ ਬੁਲਾਉਣਾ ਸਾਡੀ ਮਜਬੂਰੀ ਹੈ ਕਿਉਂਕਿ ਗਰਾਊਂਡ ਖਾਲੀ ਨਹੀਂ ਬਿਲਕੁਲ ਹੋਣ ਦੇਣਾ। ਸੋ ਸੁਖਦੇਵ ਜੀ ਸਰਪੰਚ ਸਾਹਿਬ ਬੇਨਤੀ ਹੈ ਸੁੱਚੇ ਪ੍ਰਬੰਧਕਾਂ ਵੱਲੋਂ ਸਾਰੇ ਭਲਵਾਨਾਂ ਨੂੰ ਸਾਈਡ ਤੇ ਆ ਕੇ ਬੈਠਣਾ ਮੇਰਾ ਵੀਰ। ਨਾਲ ਹੀ ਪ੍ਰਵਾਸੀ ਮੇਰੇ ਮਿੱਤਰ ਵਿਦੇਸ਼ਾਂ ਵਿੱਚ ਬੈਠੇ ਨਾਲ ਇਸ ਕਬੱਡੀ ਕੁੰਭ ਨਾਲ ਜੁੜੇ ਹੋਏ ਨੇ ਇੰਟਰਨੈਟ ਦੇ ਜ਼ਰੀਏ, ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ, ਇਹ ਤਸਵੀਰਾਂ ਦੂਰ ਦਰੇਡੇ ਤੱਕ ਬੋਲਦੀਆਂ ਨੇ। ਪੰਜਾਬ ਲਾਈਵ .com ਵਾਲੇ ਸਾਡੇ ਸੱਜਣ ਔਰ ਨੀਟਾ ਹੈਪੀ ਦੂਰ ਸੇਨ ਦੇ ਸੱਜਣਾਂ ਨੂੰ ਇਹ ਜਿਹੜੇ ਕਬੱਡੀਆਂ ਦੇ ਨੇੜ ਦਰਸ਼ਨ ਕਰਵਾ ਰਹੇ ਨੇ, ਦੂਰ ਬੈਠਿਆਂ ਨੂੰ ਨੇੜ ਦਰਸ਼ਨ। ਆਓ ਇਧਰਲੇ ਬਣੇ ਜੱਗੇ ਦੀ ਕਬੱਡੀ ਪੈਂਦੀ ਹੈ ਔਰ ਦੁਨੀਆਂ ਦੇ ਕੋਨੇ ਕੋਨੇ ਦੇ ਜਿੱਥੇ ਪੰਜਾਬੀ ਬੈਠੇ ਆਪਣੇ ਮਹਿਬੂਬ ਖੇਡ ਨੂੰ ਮਨਾ ਮੋਹੀ ਪਾਤ ਕਰਨ ਵਾਲੇ ਸਮੂਹ ਪੰਜਾਬੀਓ, ਪ੍ਰਵਾਸੀਓ, ਲੱਖ ਲੱਖ ਮੁਬਾਰਕਾਂ ਨੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਬੈਠੇ ਸਾਰੇ ਕਬੱਡੀ ਪ੍ਰੇਮੀਆਂ ਨੂੰ। ਸਪੋਰਟਸ ਕਲੱਬ ਮਹੀਆਂਵਾਲਾ ਕਲੱਬ ਵੱਲੋਂ ਭਗਤ ਬਾਬਾ ਦੁਨੀ ਚੰਦ ਸਪੋਰਟਸ ਕਲੱਬ ਸਮੁੱਚੀ ਗ੍ਰਾਮ ਪੰਚਾਇਤ ਮਹੀਆਂਵਾਲਾ ਦੀ ਤਰਫੋਂ ਦੇਸਾਂ ਪ੍ਰਦੇਸਾਂ ਦੇ ਵਿੱਚ ਬੈਠੇ ਸਾਰੇ ਸੱਜਣਾਂ ਦੇ ਬਹੁਤ ਬਹੁਤ ਮੁਬਾਰਕਾਂ। ਇਸ ਭਾਗਾਂ ਭਰੀ ਧਰਤੀ ਤੇ ਆਏ ਵਰਿਆਂ ਦੀ ਤਰ੍ਹਾਂ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਮਾਣ ਮੱਤੇ ਨਗਰ ਮਾਨ ਹੈ ਮਾਝੇ ਮਾਲਵੇ ਬਾਬੇ ਦੇ ਵਿੱਚੋਂ ਜਿੱਥੋਂ ਕਬੱਡੀ ਖੇਡਣ ਦੇ ਸ਼ੌਕੀਨ ਆਉਂਦੇ ਨੇ ਉੱਥੇ ਕਬੱਡੀ ਦੇ ਪੁਜਾਰੀ ਕਬੱਡੀ ਪੂਜਣ ਵਾਲੇ ਉਹ ਸਰੋਤੇ ਉਹ ਵੀ ਮਾਝੇ ਮਾਲਵੇ ਬਾਬੇ ਦੇ ਖੇਤਿਆਂ ਤੋਂ ਚੱਲ ਕੇ ਆਏ ਹੋਏ ਸਮੂਹ ਰੱਬ ਵਰਗੇ ਸਰੋਤਿਆਂ ਨੂੰ ਜਿਉਂ ਆਇਆ ਧੰਨਵਾਦ। ਸੋ ਅਗਲਿਆਂ ਮੈਚਾਂ ਦੇ ਲਈ ਕਬੱਡੀ ਓਪਨ ਜਿੱਥੇ ਲੋਕੇ ਤੇ ਡਗਰੂ ਬੁੱਕਣ ਵਾਲਾ ਵਾੜਾ ਚੈਨ ਸਿੰਘ ਵਾਲਾ ਜਨੇਰ ਤੇ ਸੁਰ ਸਿੰਘ ਵਾਲਾ ਸਾਧਾ ਵਾਲਾ ਸ਼ੂਸ਼ਕ ਇਸ ਤੋਂ ਅਗਲੇਰੇ ਮੈਚਾਂ ਦੇ ਲਈ ਮੁੰਡਾ ਦੇ ਵੱਲ ਆਉਣ ਔਰ ਨਾਲ ਹੀ ਇੱਧਰ ਨੌਜਵਾਨ ਪੁੱਟਰ ਦੋ ਹੈ ਨਿਰਮਲ ਅੰਗਹੀਨ ਹੈ ਸੋ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਪੁਕਾਰੇ ਬਲ ਆਤਮਾ ਕੇ ਪੋਲੀਓ ਦਾ ਕੋ ਖਾਤਮਾ ਵਾਸ਼ਕੀਨਾ ਚੱਲ ਬਿਸ਼ਕੀਨਾ ਤਾੜੀਆਂ ਮਾਰ ਕੇ ਇਸ ਨੌਜਵਾਨ ਹੈਂਡੀਕੈਪਟ ਦੀ ਹੌਸਲਾ ਅਫਜਾਈ ਕਰ ਦਿਓ ਸਜਣੋ। ਸੋ ਵਾਸ਼ਕੀਨਾ ਸੋ ਜ਼ੋਰਦਾਰ ਤਾੜੀਆਂ ਦੇ ਨਾਲ ਹੌਸਲਾ ਵਧਾਇਆ। ਨਾਲ ਹੀ ਪ੍ਰਭਾ ਬਰਾੜ ਦੱਸ ਰਿਹਾ ਵੀ ਇਹਨਾਂ ਦੀਆਂ ਡਿਊਟੀਆਂ ਨੇ ਗਰਾਊਂਡਾਂ ਦੇ ਵਿੱਚ ਸਿਰਫ ਉਹੀ ਸੱਜਣ ਰਹਿਣ, ਬਾਕੀ ਜੇ ਕੋਈ ਦਰਸ਼ਕ ਨਹੀਂ ਰਹਿ ਜਾਂ ਵੱਧ ਸਾਡੇ ਸਪੇਅਰ ਖਰੀ ਨੇ ਸੋ ਵੀ ਤੁਸੀਂ ਸਾਈਡ ਤੇ ਬੈਠੋ
ਸਰ ਬੇਨਤੀ ਪ੍ਰਵਾਨ ਕਰੋ ਚੱਲ ਵੀ ਨਿਰਮਲ ਪੁੱਤਰ ਲੋਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਲਾਵੇਗਾ ਦੇਖਦੇ ਹੈ ਮਹੀਆਂ ਵਾਲੇ ਦੇ ਮੇਲੇ ਤੇ ਆਏ ਹੋਏ ਦਾਨੀ ਸੱਜਣ ਤੇਰਾ ਕਿੰਨਾ ਕੁ ਮਾਣ ਕਰਦੇ ਨੇ ਔਰ ਇਸੇ ਨਾਲ ਇਹ ਮੈਚ ਸਮਾਪਤ ਹੈ ਲੇਖੇ ਜੋ ਇਸ ਤਰ੍ਹਾਂ ਨੇ ਦੋਸਤੋ ਪਿੰਡਾਂ ਦੇ ਦੀਵਾਨਿਆਂ ਦੇ ਹਿੱਸੇ ਜੁੜ ਗਏ ਨੇ 10 ਪੁਆਇੰਟ ਕੰਡਿਆਲ ਦੇ ਹਿੱਸੇ 15.5 10 ਦੇ ਮੁਕਾਬਲੇ ਕੰਡਿਆਲ ਜੇਤੂ ਹੈ ਦੀਵਾਨਿਆਂ ਨੂੰ ਹਰਾਉਂਦਾ ਹੋਇਆ ਕੰਡਿਆਲ ਪ੍ਰਾਪਤ ਕਰ ਗਿਆ ਇਸ ਮੈਚ ਦੇ ਵਿੱਚੋਂ ਔਰ ਅਗਲਾ ਜਿਹੜਾ ਮੈਚ ਹੈ ਸ਼ੂਸ਼ਕ ਵਰਸਿਸ ਸਾਧਾ ਵਾਲਾ ਹਾਂ ਦੋ ਲਾਈਨਮੈਨ ਸਾਈਡ ਤੇ ਲਾ ਲਿਓ ਸੁਖਦੇਵ ਸਿੰਘ ਦੀਨਾ ਸਾਹਿਬ ਗਰਾਊਂਡ ਦੇ ਵਿੱਚ ਬੰਦ ਉਹਨਾਂ ਨੂੰ ਯਾਦ ਕਰ ਰਹੇ ਨੇ ਸੇਖੋ ਸਾਹਿਬ ਸੁਖਦੇਵ ਸਿੰਘ ਦੀਨਾ ਸਾਹਿਬ ਗਰਾਊਂਡ ਦੇ ਵਿੱਚ ਆਵੇ ਪੰਜਾਬ ਲਾਈਵ ਦੇ ਜ਼ਰੀਏ ਦੂਰ ਦਰੇਡੇ ਬੈਠੇ ਸਮੂਹ ਪ੍ਰਵਾਸੀ ਤੇ ਦੇਸ਼ ਵਾਸੀ ਇੰਟਰਨੈਟ ਤੇ ਜਿਹੜੇ ਕਬੱਡੀ ਦੀਆਂ ਪੈਂਦੀਆਂ ਬਾਤਾਂ ਨੂੰ ਦੂਰ ਦਰਾਡੇ ਬੈਠੇ ਸੱਜਣ ਹੁੰਗਾਰਾਂ ਦਿੰਦੇ ਨੇ ਬਾਤਾਂ ਕੌਡੀ ਦੀਆਂ ਮਹੀਆਂ ਵਾਲੇ ਪੈਂਦੀਆਂ ਨਾਲ ਪਤੰਗਾਂ ਦਾ ਮੇਰੀ ਕਿਹਨੇ ਖਿੱਚ ਲਈ ਪਤੰਗ ਵਾਲੀ ਡੋਰ ਵਾਹ ਬਈ ਵਾਹ ਖੂਬਸੂਰਤ ਨਜ਼ਾਰਾ ਪੇਸ਼ ਹੈ ਇੱਕ ਬੰਨੇ ਜਿੱਥੇ ਕਬੱਡੀਆਂ ਰੌਣਕਾਂ ਉੱਥੇ ਪਤੰਗਬਾਜ਼ੀ ਹੈ ਸ਼ੂਸ਼ਕ ਦੀ ਟੀਮ ਜਿਹੜੀ ਜੀ ਡੀ ਰੋਡ ਵਾਲੇ ਪਾਸੇ ਹੈ ਤਾਰੀ ਸ਼ੂਸ਼ਕ ਵਾਲੇ ਨੇ ਪਾਈ ਕਬੱਡੀ ਸਾਧ ਵਾਲਾ ਦੀ ਟੀਮ ਪਿੰਡ ਵਾਲੇ ਪਾਸੇ ਹੈ ਦੀਵਾਨਿਆਂ ਦੀ ਟੀਮ ਦਾ ਇੱਕ ਖਿਡਾਰੀ ਗਰਾਊਂਡ ਜਾ ਕੇ ਸਾਡੇ ਪ੍ਰਬੰਧ ਜੀ ਨੂੰ ਮਿਲੇ ਜਿਹੜੀ ਟੀਮ ਪਹਿਲਾਂ ਮੈਚ ਖੇਡ ਕੇ ਗਈ ਹੈ ਦੀਵਾਨੇ ਉਹਨਾਂ ਦਾ ਖਿਡਾਰੀ ਸਾਡੇ ਪ੍ਰਬੰਧ ਵੀਰਾਂ ਨੂੰ ਮਿਲੇ ਵਾਹ ਸ਼ਕੀਨਾ ਸਾਧਾਂ ਵਾਲੇ ਦੀ ਪਈ ਹੋਈ ਕਬੱਡੀ ਔਰ ਸ਼ੂਸ਼ ਨੇ ਜੋੜ ਤੋੜ ਕੀਤੇ ਨੇ ਚਾਰ ਵਿੱਚ ਸੁਣਿਆ ਅਗਲੇਰੀ ਕਬੱਡੀ ਫਿਰ ਸ਼ੂਸ਼ਕ ਦੇ ਹਿੱਸੇ ਹੈ ਔਰ ਰੀਤਾ ਸ਼ੂਸ਼ਕ ਪਿੰਡ ਵਾਲੇ ਰੀਤੇ ਨੇ ਪਾਈ ਕਬੱਡੀ ਦੇਖਦੇ ਹੈ ਵੀ ਸਾਧਾਂ ਵਾਲੇ ਦੀ ਇਹ ਸਾਧਾਂ ਦੀ ਟੋਲੀ ਹੈ ਕੌਡੀ ਖੇਡਣੀ ਕੋਈ ਸੁਖਲੜਾ ਕੰਮ ਨਹੀਂ ਇਹਦੇ ਲਈ ਵੀ ਸਾਧ ਬਣਨਾ ਪੈਂਦਾ ਆਓ ਦੇਖਦੇ ਹੈ ਸਾਧਾਂ ਵਾਲੇ ਦੇ ਸਾਰੇ ਨੌਜਵਾਨ ਨੇ ਡੱਕਣ ਦੀ ਕੋਸ਼ਿਸ਼ ਕੀਤੀ ਪਰ ਪੁਆਇੰਟ ਨੌਜਵਾਨ ਤਾਬੀ ਦੇ ਹਿੱਸੇ ਦੇ ਵਿਚੜਦਾ ਹੋਇਆ ਚੱਲ ਸੁਣਿਆ ਇੱਧਰ ਦੇ ਬੰਨੇ ਦੇਖਦੇ ਹੈ ਵੀ ਨੌਜਵਾਨ ਲੱਗੀ ਸਾਧਾਂ ਵਾਲੀ ਦਾ ਪੇਂਡੂ ਵਾਹ ਸ਼ਕੀਨਾ ਹੱਟ ਕਬੱਡੀ ਬੰਨੇ ਅੱਗੇ ਪੀਤੇ ਦੁੱਧ ਦੇ ਛਨੇ ਹੈ ਪਾਈ ਹੋਈ ਨਿੱਕੇ ਦੀ ਕਬੱਡੀ ਔਰ ਪੁਆਇੰਟ ਨੌਜਵਾਨ ਤਾਬੀ ਦੇ ਹਿੱਸੇ ਦੇ ਵਿੱਚ ਜੀਤ ਸਿੰਘ ਜੀ ਖਾਸਾ ਲੰਘੇ ਹਨ ਔਰ ਕਬੱਡੀ ਓਪਨ ਦੇ ਅਗਲਿਆਂ ਮੈਚਾਂ ਲਈ ਲੋਹੇ ਤੇ ਡਗਰੂ ਬੁਕਰਵਾਲਾ ਤੇ ਵਾੜਾ ਜੈਂਟ ਸਿੰਘ ਵਾਲੇ ਦੀਆਂ ਟੀਮਾਂ ਗਰਾਊਂਡਾਂ ਦੇ ਵੱਲ ਪਹੁੰਚਣ ਕਿਸੇ ਦਾ ਕੋਈ ਇੰਤਜ਼ਾਰ ਨਹੀਂ ਕਰਾਂਗੇ ਜਲਦੀ ਤੋਂ ਜਲਦੀ ਟੀਮਾਂ ਗਰਾਊਂਡਾਂ ਦੇ ਵੱਲ ਆਉਣ ਕਿਉਂਕਿ ਕਾਫੀ ਟੀਮਾਂ ਸਾਡੇ ਕੋਲ ਪਹੁੰਚੀਆਂ ਹੋਈਆਂ ਸੋ ਜਿਹੜੇ ਮੈਚ ਨੇ ਉਹ ਸਮੇਂ ਸਿਰ ਅਸੀਂ ਕਰਵਾਉਂਦੇ ਰਹਿਣਾ ਹੈ ਲੋਹੇ ਤੇ ਡਗਰੂ ਬੁਕਰਵਾਲਾ ਤੇ ਵਾੜਾ ਜੈਂਟ ਸਿੰਘ ਵਾਲਾ ਦੀਵਾਨਿਆਂ ਦਾ ਪਲੇਅਰ ਸਾਡੇ ਕੋਲ ਪਹੁੰਚ ਚੁੱਕਿਆ ਚਲੋ ਜੀ ਦਸਬੰਸ ਸਾਹਿਬ ਹੁਣਾਂ ਨਾਲ ਰਾਬਤਾ ਕਾਇਮ ਕਰੋ ਵਾਹ ਸ਼ਕੀਨਾ ਹੈਲੋ ਸਾਧਾਂ ਵਾਲੇ ਦਾ ਦੀਪ ਕਬੱਡੀ ਪਾਉਂਦਾ ਹੋਇਆ ਦੀਪ ਵਾਹ ਦੀਪ ਨਹੀਂ ਰਿਸਤਾ ਲੱਗਦਾ ਵੀ ਦੀਪ ਬੁਝਾਵਣ ਨੂੰ ਫਿਰਦੇ ਨੇ ਸ਼ੂਸ਼ਕ ਵਾਲੇ ਕਿ ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਗਈ ਸੋ ਦੇਖਦੇ ਹਾਂ
ਵੀ ਇੱਧਰ ਜੋਰਾਵਰਾਂ ਦੀ ਗੱਲ ਹੋਣੀ ਹੈ ਕਿ ਵੱਡੀ ਜੱਤ ਦੇ ਜਰਵਾਣੇ ਜਾਫੀ ਡੱਕਣ ਦੇ ਵਿੱਚ ਕਾਮਯਾਬ ਹੋਏ ਨੇ ਔਰ ਕਬੱਡੀ ਦੇ ਇਹਨਾਂ ਜਜ਼ਾਰੂ ਯੋਧਿਆਂ ਨੂੰ ਚੜ ਜਾਂਦਾ ਹੈ ਜਦ ਪਤਾ ਲੱਗਦਾ ਹੈ ਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਬੱਡੀ ਦੇ ਮੱਕੇ ਕਬੱਡੀ ਦੇ ਮਦੀਨੇ ਨਗਰ ਪਿੰਡ ਬਹੀਆਂ ਵਾਲਾ ਧਰਤੀ ਤੇ ਖੇਡਣ ਜਾਣਾ ਮਾਂ ਦੁਨੀਆ ਦੇ ਹਰ ਉੱਚੀ ਕੋਟੀ ਤੇ ਚੋਟੀ ਦੇ ਧਾਵੀ ਜਾਫੀ ਨੂੰ ਇਸ ਜ਼ਮੀਨ ਤੇ ਖੇਡਣ ਦਾ ਦੁਨੀਆਂ ਦੇ ਬੜੇ ਬੜੇ ਮਹਾਰਥੀਆਂ ਨੇ ਸਿਜਦਾ ਕੀਤਾ ਮਹੀਆਂ ਵਾਲੇ ਦੀ ਤਰੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਕਬੱਡੀ ਦੇ ਕਈ ਸਾਬਕਾ ਖਿਡਾਰੀ ਅੱਜ ਵੀ ਬੜੇ ਮਾਣ ਨਾਲ ਬੜੇ ਫਖਰ ਨਾਲ ਇਹ ਦੱਸਣ ਦੇ ਵਿੱਚ ਮਾਣ ਮਹਿਸੂਸ ਕਰਦੇ ਨੇ ਕਿ ਸਾਨੂੰ ਹਾਂਜੀ ਆ ਜਿਹੜੇ ਸਕਾਊਟੀ ਵਾਲੇ ਸਾਡੇ ਵੀਰ ਅਸੀਂ ਰੱਖੇ ਆਪਦੇ ਉਹ ਮਿਹਰਬਾਨੀ ਕਰਕੇ ਸਾਡੇ ਕੋਲੇ ਆਉਣ ਅਸੀਂ ਆਉਣ ਨਾਲ ਮਹਿਮਾਨਾਂ ਨੂੰ ਉੱਤੇ ਸਟੇਜ ਤੇ ਪਾਉਣਾ ਕਿਉਂਕਿ ਜਿਹੜੇ ਉੱਥੇ ਜਨਤਾ ਤੋਂ ਬਿਨਾਂ ਪਾਸਾਂ ਤੋਂ ਬੈਠੀ ਆ ਉਹਨਾਂ ਕੋਲੇ ਮੌਜੂਦਾ ਪਾਸ ਵੇਖਣੇ ਨਾ ਕਿ ਪਾਸ ਇੱਕ ਦੂਜੇ ਨੂੰ ਫੜਾ ਕੇ ਥੱਲੇ ਸੁੱਟ ਦਿੰਦੇ ਆ ਤੇ ਉਹ ਫਿਰ ਜੇ ਉੱਤੇ ਚੜ ਜਾਂਦੇ ਆ ਤੇ ਮਿਹਰਬਾਨੀ ਕਰਕੇ ਸਕਾਊਟੀ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਉੱਤੇ ਸਟੇਜ ਚੜ ਕੇ ਪਾਸ ਚੱਕਣ ਪਤੰਗਬਾਜ਼ੀ ਦਾ ਵੱਖਰਾ ਨਜ਼ਾਰਾ ਸਭ ਸਹੂਲਤਾਂ ਨੇ ਇਹਨਾਂ ਗਰਾਊਂਡਾਂ ਦੇ ਵਿੱਚ ਤੇ ਤੁਰ ਫਿਰ ਕੇ ਪਾਣੀ ਦੇ ਸੇਵਾਦਾਰ ਭਾਈ ਕਨਈਆ ਕਲੱਬ ਵਾਲੇ ਪਾਣੀ ਦੀਆਂ ਸਲਾਵਾਂ ਨਿਭਾ ਰਹੇ ਨੇ ਉਧਰ ਸਾਡੇ ਕੈਮਰਾਮੈਨ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਦੇ ਹੋਏ ਵਾਹ ਬਾਈ ਵਾਹ ਪੈਂਦੀਆਂ ਕੌਡੀਆਂ ਨੂੰ ਲੱਗਦੇ ਜੱਫਿਆਂ ਨੂੰ ਉੱਡਦੀ ਧੂੜ ਨੂੰ ਲਗੇ ਜੂੜ ਨੂੰ ਕਰ ਲਈ ਬਾਈ ਕੈਮਰੇ ਦੇ ਅੱਖ ਦੇ ਵਿੱਚ ਕਰੇ ਸਾਹਮਣੇ ਜੋ ਤਸਵੀਰਾਂ ਨੇ ਔਰ ਕਦੇ ਨਾ ਭੁੱਲਣ ਵਾਲੀ ਭੁੱਲ ਯਾਦ ਵਾਹ ਬਾਈ ਵਾਹ ਸ਼ਹੀਦਾਂ ਦੀ ਧਰਤੀ ਯੋਧਿਆਂ ਦੀ ਧਰਤੀ ਮਾਲਵੇ ਦੇ ਮਾਣ ਨਗਰ ਨੂੰ ਮਾਣ ਹੈ ਤੇ ਵਰਲਡ ਕੱਪ ਦੇ ਜਿਹੜੇ ਉੱਚ ਕੋਟੀ ਦੇ ਖਿਡਾਰੀ ਨੇ ਅੱਜ ਉਹ ਮੀਆਂਵਾਲਾ ਦੀ ਧਰਤੀ ਦੇ ਖੇਡਣ ਦੇ ਵਿੱਚ ਮਾਣ ਮਹਿਸੂਸ ਕਰਨਗੇ ਔਰ ਇਧਰਲੇ ਬੰਨੇ ਨੌਜਵਾਨ ਫੇਰ ਪੜਦਾ ਹੋਇਆ ਜੋ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਜੋ ਸਾਡੇ ਕੋਲ ਗ੍ਰਾਹੀ ਪਹੁੰਚਿਆ ਹੈ ਇਹਦੇ ਵਿੱਚ ਇਹਨਾਂ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ 71,000 ਦਾ ਪਹਿਲਾ ਇਨਾਮ ਜੋ ਅੱਜ ਇੱਥੇ ਦਿੱਤਾ ਜਾਣਾ ਹੈ ਉਹ ਐਨਆਰਆਈ ਵੀਰਾਂ ਵੱਲੋਂ ਜਥੇਦਾਰ ਹਰਨੇਕ ਸਿੰਘ ਜੀ ਇਕਬਾਲ ਸਿੰਘ ਜੀ ਮਾਨ ਹਰਜੀਤ ਸਿੰਘ ਮੋਲਾ ਗੁਰਦੀਪ ਸਿੰਘ ਜੀ ਸਿੱਧੂ ਲਖਵਿੰਦਰ ਸਿੰਘ ਗਿੱਲ ਤੇ ਮਨਜਿੰਦਰ ਸਿੰਘ ਮਿੰਦਾ ਕਿੱਲ ਇਹਨਾਂ ਵੱਲੋਂ ਜੋ ਕਨੇਡਾ ਨਿਵਾਸੀ ਹਨ 71,000 ਦਾ ਖੂਬਸੂਰਤ ਇਨਾਮ ਆ ਜਿਹੜਾ ਵੀਰੋ ਇਹਨਾਂ ਐਨਆਰਆਈ ਵੀਰਾਂ ਵੱਲੋਂ ਦੇਣਾ ਦਿੱਤਾ ਜਾਣਾ 3,10,000 ਰੁਪਈਆ ਇਹਨਾਂ ਨੇ ਜੋ ਲਾਈਟਾਂ ਆਪਣੇ ਚੌਂਕ ਤੋਂ ਸਟੇਜ ਤੱਕ ਇੱਥੇ ਲਈਆਂ ਗੇਟ ਤੱਕ ਉਹ ਵੀ ਸੇਵਾ ਇਹਨਾਂ ਵੱਲੋਂ ਕੀਤੀ ਹੈ ਅਸੀਂ ਕਲੱਬ ਵੱਲੋਂ ਐਨਆਰਆਈ ਵੀਰ ਬਹੁਤ ਬਹੁਤ ਧੰਨਵਾਦੀ ਹਾਂ ਇੱਕ ਮੋਟਰਸਾਈਕਲ 21,000 ਰੁਪਇਆ ਸਵਰਗਵਾਸੀ ਗਦਾਲ ਸਿੰਘ ਬਰਾੜ ਦੇ ਬੇਟੇ ਸਵਰਗਵਾਸੀ ਨਛੱਤਰ ਸਿੰਘ ਬਰਾੜ ਸ਼ੰਗਰਾ ਸਿੰਘ ਬਰਾੜ ਮੋਹਨ ਸਿੰਘ ਬਰਾੜ ਤੇ ਬਲਦੇਵ ਸਿੰਘ ਜੀ ਸਰਪੰਚ ਇਹ ਵੱਲੋਂ ਇੱਕ ਮੋਟਰਸਾਈਕਲ 21,000 ਰੁਪਇਆ ਨਗਦ ਕਲੱਬ ਨੂੰ ਦਿੱਤਾ ਗਿਆ ਜੋ ਕਿ 66,000 ਰੁਪਇਆ ਇਹਨਾਂ ਵੱਲੋਂ ਇਸ ਟੂਰਨਾਮੈਂਟ ਨੂੰ ਦਾਨ ਦਿੱਤਾ ਗਿਆ ਸਵਰਗਵਾਸੀ ਬਚ ਸਿੰਘ ਗਿੱਲ ਦੀ ਯਾਦ ਵਿੱਚ ਉਹਨਾਂ ਦੇ ਬੇਟੇ ਬਲਦੇਵ ਸਿੰਘ ਗਿੱਲ ਸੁਖਦੇਵ ਸਿੰਘ ਗਿੱਲ ਸਰਪੰਚ ਵੱਲੋਂ 31,000 ਰੁਪਈਏ ਦਾ ਜੋ ਕਿ 70 ਕਿਲੋ ਦਾ ਪਹਿਲਾ ਇਨਾਮ ਦਿੱਤਾ ਗਿਆ ਮੰਨਾ ਰੋਡ ਕਨੇਡਾ ਵਾਲਾ
ਜੋ ਕਿ ਸਾਡਾ ਦੋਸਤ ਹੈ, ਇਹਨੂੰ ਦਾ ਦੁੱਧ ਹੈ 21,000 ਰੁਪਈਆ ਉਹਦੇ ਵੱਲੋਂ। ਜਿਹੜਾ ਦੂਜਾ ਨਾਮ ਹੈ ਇਹ 70 ਕਿਲੋ ਦਾ ਇਹ ਦਿੱਤਾ ਗਿਆ। ਬਸੰਤ ਸਗਿੱਲ ਪਿੰਡ ਵਕੀਆਂ ਵਾਲੇ ਜਿਹਨਾਂ ਨੇ ਵੀਰੋ ਆ ਸਟੇਜ ਠੇਕੇ ਉੱਪਰ ਬਣਾਈ ਹੈ, ਇਸਤਰੀ ਦਾ ਕੰਮ ਕਰ ਰਿਹਾ, ਇਹਨਾਂ ਦੀ ਸੈਂਟਰੀ ਦੀ ਦੁਕਾਨ ਵੀ ਹੈ ਵਕੀਲਾਂ ਵਾਲੇ। ਇਹਨਾਂ ਨੇ 11